ਸਤਿ ਸ੍ਰੀ ਅਕਾਲ ਯਾਰੇ ਦੋਸਤੋ, LDD TV ਤੇ ਤੁਹਾਡਾ ਸਵਾਗਤ ਹੈ। ਮੈਂ ਪ੍ਰੋਫੈਸਰ ਜਸਵੀਰ ਸਿੰਘ। ਆਪਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਕਿੱਤਾ ਮੁਖੀ ਪੇਪਰਾਂ ਦੀ ਤਿਆਰੀ ਕਰ ਰਹੇ ਹਾਂ, ਬਿਲਕੁਲ ਮੁਫਤ। ਅਤੇ ਪਿਆਰੇ ਦੋਸਤੋ, ਮੈਂ ਆਦਿ ਕਾਲ, ਪੰਜਾਬੀ ਸਾਹਿਤ ਦਾ ਜੋ ਆਦਿ ਕਾਲ ਆ, ਉਸ ਸੰਬੰਧੀ ਆਪਣੇ ਲੈਕਚਰ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰ ਰਿਹਾ। ਆਪਾਂ ਹੁਣ ਤੱਕ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲਵੰਡ, ਸਾਹਿਤ ਨੂੰ ਕਾਲਾਂ ਵਿੱਚ ਵੰਡਣ ਦਾ ਉਦੇਸ਼, ਕਾਲਵੰਡ ਅਤੇ ਕਾਲਾਂ ਦੇ ਨਾਮਕਰਨ ਦੇ ਆਧਾਰ ਜਾਂ ਕਹਿ ਲਓ ਢੰਗ, ਪੰਜਾਬੀ ਸਾਹਿਤ ਦੀ ਇਤਿਹਾਸ ਦੇ ਆਦਿ ਬਿੰਦੂ ਕਿੱਥੋਂ ਸ਼ੁਰੂ ਹੋਇਆ, ਆਦਿ ਕਾਲ ਦੀਆਂ ਵਾਰਤਕ ਰਚਨਾਵਾਂ ਦਾ ਜ਼ਿਕਰ ਵੀ ਆਪਾਂ ਕਰ ਚੁੱਕੇ ਹਾਂ, ਅਤੇ ਆਦਿ ਕਾਲ ਦੀ ਭਾਸ਼ਾ ਆਦਿ ਵੱਖ-ਵੱਖ ਜਿਹੜੇ ਨੁਕਤੇ ਆ ਉਹ ਆਪਾਂ ਹੁਣ ਤੱਕ ਵਾਚ ਚੁੱਕੇ ਹਾਂ, ਉਹਨਾਂ 'ਤੇ ਚਰਚਾ ਕਰ ਚੁੱਕੇ ਹਾਂ। ਦੂਜਾ ਲੈਕਚਰ ਜਿਹੜਾ ਸੀਗਾ ਆਦਿ ਕਾਲ ਦੇ ਸਾਹਿਤ ਬਾਬਤ, ਉਹਦੇ ਵਿੱਚ ਆਪਾਂ ਜੋ ਕੀਤਾ ਸੀ ਉਹ ਵੀ ਨੋਟ ਕਰ ਲਵੋ। ਆਪਾਂ ਉਸ ਵਿੱਚ ਨਾਥ ਜੋਗੀਆਂ ਦਾ ਸਾਹਿਤ ਕਰ ਲਿਆ ਸੀਗਾ। ਉਸ ਤੋਂ ਬਾਅਦ ਪੰਜਾਬੀ ਸਾਹਿਤ ਦਾ ਪਹਿਲਾ ਨਾਥ ਜੋਗੀ, ਇਹਦੇ ਬਾਰੇ ਚਰਚਾ ਹੋ ਗਈ ਸੀ। ਜੋਗੀਆਂ ਅਤੇ ਸਿੱਧਾਂ ਦੇ ਖੇਤਰਾਂ ਬਾਰੇ ਗੱਲ ਹੋ ਚੁੱਕੀ ਸੀ। ਉਨਮਨ ਦੀ ਅਵਸਥਾ ਦਾ ਆਪਾਂ ਨੌਨ ਮਾਇੰਡ ਜਿਹੜਾ ਆ ਇਹਦੇ ਬਾਰੇ ਵੀ ਜ਼ਿਕਰ ਕੀਤਾ ਸੀਗਾ। ਨਾਥ ਜੋਗੀਆਂ ਦੀਆਂ ਪੰਜਾਬ ਦੇ ਵਿੱਚ ਪ੍ਰਮੁੱਖ ਨਿਸ਼ਾਨੀਆਂ, ਇਹਨਾਂ ਬਾਰੇ ਵੀ ਆਪਾਂ ਗੱਲ ਕਰ ਚੁੱਕੇ ਹਾਂ। ਨਾਥ ਜੋਗੀਆਂ ਦੇ ਜਨਮ ਸਥਾਨ ਅਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਵੀ ਗੱਲ ਕਰ ਚੁੱਕੇ ਹਾਂ। ਜਲੰਧਰ ਨਾਥ, ਮਛੰਦਰ ਨਾਥ ਅਤੇ ਗੋਰਖ ਨਾਥ, ਇਹਨਾਂ ਦੀ ਜੋ ਸਾਹਿਤਕ ਜਾਣਕਾਰੀ ਆ, ਇਹਨਾਂ ਦੇ ਜੋ ਜੀਵਨ ਆ, ਇਹਦੇ ਬਾਰੇ ਆਪਾਂ ਹੁਣ ਤੱਕ ਚਰਚਾ ਕਰ ਚੁੱਕੇ ਹਾਂ। ਅੱਜ ਦਾ ਲੈਕਚਰ ਜਿਹੜਾ ਆ ਇਹਦੇ ਵਿੱਚ ਆਪਾਂ ਕੀ ਕਰਨਾ, ਹੁਣ ਮੈਂ ਇਹ ਨੁਕਤੇ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਹੁਣ ਤੱਕ ਜੋ ਆਪਾਂ ਗੱਲ ਕੀਤੀ ਆ ਉਹ ਆਪਾਂ ਕਰ ਚੁੱਕੇ ਹਾਂ ਆਲਰੇਡੀ ਪਹਿਲਾਂ ਹੀ। ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਕਮੈਂਟ ਦੇ ਵਿੱਚ ਸਾਨੂੰ ਦੱਸਿਆ ਕਰੋ ਕਿਹੜੀ ਚੀਜ਼ ਤੁਹਾਨੂੰ ਬਹੁਤ ਜਲਦੀ ਕਲੀਅਰ ਹੋ ਰਹੀ ਆ। ਜੇ ਡਾਊਟ ਆ ਤਾਂ ਡਾਊਟ ਸੈਸ਼ਨ ਦੇ ਵਿੱਚ ਭਾਗ ਲਵੋ, ਹੁਣ ਹੁਣ ਤੁਹਾਡੇ ਕੋਲ ਮੌਕਾ ਆ। ਕਹਿੰਦੇ ਹੁੰਦੇ ਆ ਕਿ ਵੇਲੇ ਦੀ ਨਮਾਜ਼ ਕ ਵੇਲੇ ਦੀਆਂ ਟੱਕਰਾਂ, ਹੁਣ ਵੇਲਾ ਆ, ਹੁਣ ਹੁਣ ਸੰਭਾਲ ਲਓ। ਵਕਤ ਸੰਭਲ ਗਿਆ ਅਤੇ ਸਫਲਤਾ ਹੱਥ ਲੱਗ ਗਈ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਯੋਗ ਮਤ ਦੀ ਉਤਪਤੀ ਦਾ ਆਧਾਰ, ਇਹਦੇ ਬਾਰੇ ਇੱਕ ਵਾਰੀ ਚਰਚਾ ਕਰਨੀ ਆ, ਬੜੀ ਲਾਜ਼ਮੀ ਆ। ਕੁਝ ਨੁਕਤੇ ਤੁਹਾਡੇ ਨਾਲ ਨਵੇਂ ਸਾਂਝੇ ਕਰੂੰਗਾ। ਯੋਗੀਆਂ ਦੀ ਰਹਿਣੀ ਬਹਿਣੀ ਬਾਰੇ ਕੁਝ ਗੱਲਾਂ ਕਰਾਂਗੇ, ਬਹੁਤ ਜ਼ਰੂਰੀ ਆ। ਉਸ ਤੋਂ ਬਾਅਦ ਉਲਟ ਬਾਂਸੀ ਦਾ ਅਰਥ ਕੀ ਹੁੰਦਾ ਆ, ਇਸ ਸਿਧਾਂਤ ਦੀ ਗੱਲ ਕਰਾਂਗੇ। ਫਿਰ ਪ੍ਰਮੁੱਖ ਨਾਥਾਂ ਬਾਰੇ, ਗੋਰਖ ਨਾਥ ਬਾਰੇ ਆਪਾਂ ਬੜੀ ਵਿਸਥਾਰ ਵਿੱਚ ਗੱਲ ਪਿਛਲੇ ਲੈਕਚਰ ਦੇ ਵਿੱਚ ਆਪਾਂ ਕਰ ਚੁੱਕੇ ਹਾਂ। ਜਲੰਧਰ ਨਾਥ ਬਾਰੇ ਵਿਸਥਾਰ ਵਿੱਚ ਚਰਚਾ ਕਰ ਚੁੱਕੇ ਹਾਂ। ਚਰਪਟ ਨਾਥ, ਜਿਹਦਾ ਸਮਾਂ 890 ਤੋਂ 990 ਦੇ ਦਰਮਿਆਨ ਮੰਨਿਆ ਗਿਆ, ਇਹਦੇ ਬਾਰੇ ਵਿਸਥਾਰ ਵਿੱਚ ਅੱਜ ਦੇ ਲੈਕਚਰ ਵਿੱਚ ਗੱਲ ਕਰਾਂਗੇ। ਉਸ ਤੋਂ ਇਲਾਵਾ ਚੁਰੰਗੀ ਨਾਥ ਬਾਰੇ ਗੱਲ ਕਰਾਂਗੇ, ਰਤਨ ਨਾਥ ਬਾਰੇ ਗੱਲ ਕਰਾਂਗੇ, ਭਰਥਰੀ ਨਾਥ ਬਾਰੇ ਗੱਲ ਕਰਾਂਗੇ, ਗੋਪੀ ਚੰਦ ਬਾਰੇ ਵੀ ਆਪਾਂ ਇਸ ਲੈਕਚਰ ਦੇ ਵਿੱਚ ਗੱਲ ਕਰਨੀ ਆ। ਇਸ ਤੋਂ ਇਲਾਵਾ ਨਾਥ ਜੋਗੀਆਂ ਦੇ ਸਾਹਿਤ ਦੇ ਪ੍ਰਮੁੱਖ ਲੱਛਣ ਜਾਂ ਵਿਸ਼ੇਸ਼ਤਾਵਾਂ ਕਿਹੜੀਆਂ ਆ, ਇਸ ਬਾਰੇ ਵੀ ਆਪਾਂ ਗੱਲ ਕਰਾਂਗੇ। ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਜੋ ਇੰਪੋਰਟੈਂਟ ਆ, ਕਿਉਂਕਿ ਨਾਥ ਜੋਗੀਆਂ ਦੇ ਸਾਹਿਤ ਬਾਰੇ ਮੇਰੀ ਇੱਛਾ ਇਹ ਆ ਕਿ ਅੱਜ ਦੇ ਲੈਕਚਰ ਦੇ ਵਿੱਚ ਸਾਰੀ ਜਾਣਕਾਰੀ, ਸਾਰੀ ਇਨਫੋਰਮੇਸ਼ਨ ਅਤੇ ਚਰਚਾ ਜਿਹੜੀ ਆ ਆਪਾਂ ਨਿਬੇੜ ਦਈਏ। ਆਪਣੇ ਕੋਲ ਬਹੁਤ ਸਾਰੇ ਲੈਕਚਰ ਨੇ, ਸਮਾਂ ਸੀਮਤ ਹੁੰਦਾ ਆ ਅਤੇ ਸਿਲੇਬਸ ਜ਼ਿਆਦਾ ਆ। ਆਓ ਆਪਾਂ ਤੁਰਦੇ ਹਾਂ ਅੱਜ ਦੇ ਲੈਕਚਰ ਨੂੰ ਰੈਲੇਵੈਂਟ ਸਮੱਗਰੀ ਦੇ ਨਾਲ ਪੜ੍ਹਨ ਵੱਲ। ਸਭ ਤੋਂ ਪਹਿਲਾਂ ਕਿ ਡਾਕਟਰ ਸ਼ੇਰ ਸਿੰਘ ਵਿਚਾਰਧਾਰਾ ਕਿਤਾਬ ਦੇ ਪੰਨੇ 'ਤੇ, ਪੰਨਾ ਨੰਬਰ ਤੁਸੀਂ ਨੋਟ ਕਰੋ 239, ਅਤੇ ਫਿਲੋਸਫੀ ਆਫ ਸਿੱਖਿਜ਼ਮ ਦੇ ਪੰਨਾ ਨੰਬਰ 100 'ਤੇ ਦੱਸਦੇ ਆ ਕਿ ਯੋਗ ਮਤ ਜਿਹੜਾ ਆ ਉਹ ਬੁੱਧ ਅਤੇ ਸ਼ੈਵ ਮਤ, ਸ਼ਿਵਜੀ ਦਾ ਜਿਹਨੂੰ ਕਹਿ ਦਿੰਦੇ ਆਪਾਂ, ਬੁੱਧ ਅਤੇ ਸ਼ੈਵ ਮਤ ਦੇ ਮੇਲ ਤੋਂ ਪੈਦਾ ਹੋਇਆ। ਕੌਣ ਕਹਿੰਦਾ ਆ? ਡਾਕਟਰ ਸ਼ੇਰ ਸਿੰਘ। ਇਹ ਗੱਲ ਨੋਟ ਕਰਨ ਦੀ ਲੋੜ ਆ। ਇਸ ਤੋਂ ਇਲਾਵਾ ਆਪਾਂ ਪੁਰਾਣੇ ਲੈਕਚਰ ਵਿੱਚ ਜੋ ਪੜ੍ਹਿਆ ਸੀ ਕਿ ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ ਯੋਗ ਮਤ ਦਾ ਆਰੰਭ ਅਥਰਵ ਵੇਦ ਤੋਂ ਹੋਇਆ, ਪਰ ਇਸ ਗੱਲ ਨੂੰ ਡਾਕਟਰ ਰਾਧਾ ਕ੍ਰਿਸ਼ਨਨ ਨਕਾਰਦੇ ਆ। ਉਹ ਕੀ ਕਹਿੰਦੇ ਆ? ਆਪਣੀ ਕਿਤਾਬ ਇੰਡੀਅਨ ਫਿਲੋਸਫੀ ਦੇ ਵਿੱਚ ਡਾਕਟਰ ਰਾਧਾ ਕ੍ਰਿਸ਼ਨਨ ਕਹਿੰਦੇ ਆ ਕਿ ਯੋਗ ਮਤ ਦਾ ਬੀਜ ਜਿਹੜਾ ਆ ਉਹ ਉਪਨਿਸ਼ਦਾਂ ਦੇ ਵਿੱਚੋਂ ਮਿਲਦਾ ਆ। ਠੀਕ ਹੈ ਜੀ, ਡਾਕਟਰ ਰਾਧਾ ਕ੍ਰਿਸ਼ਨਨ
ਇੰਡੀਅਨ ਫਿਲਾਸਫੀ ਕਿਤਾਬ ਦੇ ਵਿੱਚ ਲਿਖਦੇ ਆ ਕਿ ਯੋਗ ਮਤ ਦਾ ਬੀਜ ਉਪਨਿਸ਼ਦਾਂ ਦੇ ਵਿੱਚੋਂ ਲੱਭਦਾ ਆ। ਕਲੀਅਰ ਹੈ ਨਾ? ਯੋਗ ਦਾ ਹੁਣ ਭਾਵ ਕੀ ਆ, ਇਹ ਯੋਗ ਚੀਜ਼ ਕੀ ਆ? ਆਪਾਂ ਆਮ ਤੌਰ 'ਤੇ ਜਈਏ ਹੁੜਾ ਗੱਗਾ ਯੋਗ, ਇਹ ਪੰਜਾਬੀ ਦੇ ਵਿੱਚ ਜਦੋਂ ਲਿਖਣਾ ਸ਼ੁਰੂ ਹੋਇਆ ਉਦੋਂ ਜੱਜੇ ਹੋੜਾ ਅਤੇ ਗੱਗਾ ਬਣ ਗਿਆ, ਯੋਗ ਬਣ ਗਿਆ। ਯੋਗ ਦਾ ਪੰਜਾਬੀ ਦੇ ਵਿੱਚ ਯੋਗ ਬਣ ਗਿਆ। ਹੁਣ ਉਹਦੇ ਭਾਵ ਕੀ ਆ, ਇਹਦੇ ਅਰਥ ਕੀ ਆ, ਤਾਂ ਆਪਾਂ ਜਾਣਨਾ ਆ। ਨੋਟ ਕਰੋ, ਉਹ ਸੰਜਮ ਹੈ, ਯੋਗ ਉਹ ਸੰਜਮ ਹੈ ਜੋ ਮਨ ਨੂੰ ਡੋਲਣ ਤੋਂ ਰੋਕਦਾ ਹੈ। ਦੂਜੀ ਗੱਲ, ਮਨ ਨੂੰ ਵਿਕਾਰਾਂ ਤੋਂ ਦੂਰ ਰੱਖ ਕੇ ਉਨਮਨ, ਜਿਸ ਸਿਧਾਂਤ ਦੀ ਆਪਾਂ ਕੱਲ੍ਹ ਗੱਲ ਕੀਤੀ ਸੀ ਪੁਰਾਣੇ ਲੈਕਚਰ ਦੇ ਵਿੱਚ, ਉਨਮਨ ਨੋਨ ਮਾਇੰਡ ਦੀ ਅਵਸਥਾ ਤੱਕ ਪਹੁੰਚਾਉਂਦਾ ਆ। ਤੀਜੀ ਗੱਲ, ਉਪਨਿਸ਼ਦਾਂ ਅਨੁਸਾਰ, ਨੋਟ ਕਰ ਲਿਓ, ਉਪਨਿਸ਼ਦਾਂ ਅਨੁਸਾਰ ਯੋਗ ਦੇ ਅਰਥ ਮਨ ਨੂੰ ਕਿਸੇ ਜ਼ਬਤ ਦੇ ਵਿੱਚ ਲਿਆਉਣਾ ਹੁੰਦਾ, ਜ਼ਬਤ ਕੰਟਰੋਲ ਕਰਨਾ। ਉਪਨਿਸ਼ਦਾਂ ਦੇ ਅਨੁਸਾਰ ਯੋਗ ਦਾ ਅਰਥ ਹੈਗਾ ਆ ਮਨ ਨੂੰ ਕਿਸੇ ਜ਼ਬਤ ਵਿੱਚ ਲਿਆਉਣਾ। ਚੌਥੀ ਗੱਲ, ਯੋਗ ਕਰਨ ਦੇ ਢੰਗ ਕਿਹੜੇ ਕਿਹੜੇ ਆ? ਨੰਬਰ 1 ਪ੍ਰਾਣਾਯਾਮ ਕਰਨਾ, ਨੰਬਰ 2 ਸਮਾਧੀ ਲਾਉਣੀ, ਨੰਬਰ 3 84 ਆਸਣ ਆਦਿ ਆਦਿ, ਇਹੋ ਜਿਹੇ ਜਿਹੜੇ ਢੰਗ ਨੇ। ਹੁਣ ਇਹ ਯੋਗ ਕਰਨ ਦੇ ਜਿਹੜੇ ਢੰਗ ਨੇ, ਇਹਨਾਂ ਦੀ ਲੋੜ ਕਿਉਂ ਪਈ? ਇਹ ਵੀ ਤਾਂ ਜ਼ਰੂਰੀ ਹੈ ਨਾ, ਪੇਪਰ ਦੇ ਵਿੱਚ ਆ ਸਕਦਾ, ਕਿ ਕੀ ਮਕਸਦ ਆ? ਤਾਂ ਇੱਕੋ ਹੀ ਜਵਾਬ ਆ ਜੀ, ਮਨ ਨੂੰ ਸਾਫ਼ ਰੱਖਣਾ। ਹੁਣ ਪੇਪਰ ਪਾਉਣ ਵਾਲਾ ਇਹ ਪੁੱਛ ਸਕਦਾ ਕਿ ਮਨ ਨੂੰ ਯੋਗੀ ਸਾਫ਼ ਕਿਉਂ ਰੱਖਦੇ ਆ? ਤਾਂ ਉੱਤਰ ਕੀ ਆਊਗਾ? ਤਾਂ ਜੋ ਅਧਿਆਤਮਕ ਅਨੁਭਵ ਦੀ ਪ੍ਰਾਪਤੀ ਦੇ ਵਿੱਚ ਕਿਸੇ ਤਰ੍ਹਾਂ ਦੀ ਰੋਕ ਨਾ ਲੱਗੇ, ਕੋਈ ਰੂੜਾ ਨਾ ਬਣੇ। ਠੀਕ ਹੈ ਜੀ, ਜਦੋਂ ਉਨਮਨ ਦੀ ਅਵਸਥਾ ਆ ਜਾਂਦੀ ਆ, ਅਸੀਂ ਆਪੇ ਤੋਂ ਉੱਪਰ ਉੱਠ ਜਾਂਦੇ ਹਾਂ, ਹਉਮੈ ਤੋਂ ਬਾਹਰ ਨਿਕਲ ਜਾਂਦੇ ਹਾਂ, ਤਾਂ ਉਹੀ ਨੋਨ ਮਾਇੰਡ ਦੀ ਅਵਸਥਾ ਜਿਹੜੀ ਆ ਅਖਵਾਉਂਦੀ ਆ। ਅੱਗੇ ਆਪਾਂ ਤੁਰਦੇ ਹਾਂ। ਹੁਣ ਯੋਗ ਮਤ ਜਿਹੜਾ ਆ, ਜੇ ਆਪਾਂ ਡਾਕਟਰ ਸ਼ੇਰ ਸਿੰਘ ਦੀ ਗੱਲ ਕਰੀਏ ਤਾਂ ਇਹ ਕਹਿੰਦੇ ਆ ਕਿ ਬੁੱਧ ਅਤੇ ਸ਼ੈਵ ਮਤ ਦੇ ਮੇਲ ਤੋਂ ਬਣੇ ਆਏ ਆ, ਵੱਖ ਵੱਖ ਸਿਧਾਂਤ ਚੱਲਦੇ ਆਏ ਆ। ਪਰ 8ਵੀਂ 9ਵੀਂ 10ਵੀਂ ਸਦੀ ਦੇ ਵਿੱਚ ਜਦੋਂ ਗੁਰੂ ਗੋਰਖਨਾਥ ਵਰਗੇ ਯੋਗੀ ਆਏ, ਗੋਰਖਨਾਥ ਹੋ ਗਏ, ਚਰਪਟਨਾਥ ਹੋ ਗਏ, ਇਸ ਤਰ੍ਹਾਂ ਦੇ ਯੋਗੀ ਆਏ, ਤਾਂ ਉਹਨਾਂ ਨੇ ਮੁੜ ਯੋਗ ਮਤ ਦੇ ਵਿੱਚ ਜਾਨ ਪਾ ਦਿੱਤੀ, ਯੋਗ ਮਤ ਨੂੰ ਫਿਰ ਮਸ਼ਹੂਰ ਕਰ ਦਿੱਤਾ, ਦੁਨੀਆ ਦੇ ਵਿੱਚ ਜਾਣ ਪਛਾਣ ਕਰਵਾਈ। ਉਹਨਾਂ ਨੇ ਕੀ ਕੀਤਾ? ਨੰਬਰ 1, ਉਹਨਾਂ ਯੋਗ ਮਤ 'ਚ ਆਈਆਂ ਕੁਰੀਤੀਆਂ ਦਾ ਸੁਧਾਰ ਕੀਤਾ, ਪਹਿਲਾਂ ਵਿਰੋਧ ਵੀ ਕੀਤਾ, ਫਿਰ ਉਸ ਦੇ ਵਿੱਚ ਸੁਧਾਰ ਕੀਤਾ। ਉਹਨਾਂ ਨੇ ਯੋਗ ਮਤ ਦੀਆਂ ਜਿੰਨੇ ਵੀ ਕਮੀਆਂ ਸੀ ਯੋਗੀਆਂ ਨੂੰ ਕਵਿਤਾ ਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਜਿਹੜੇ ਮਾੜੇ ਲੱਛਣ ਸੀਗੇ ਉਹਨਾਂ ਤੋਂ ਸੁਚੇਤ ਕੀਤਾ। ਗੁਰੂ ਗੋਰਖਨਾਥ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਆ ਕਿ ਜੋ ਕਰ ਤਿਆਗ ਕਹਾਵੈ ਜੋਗੀ, ਜੋ ਕਰ ਤਿਆਗ ਕਹਾਵੈ ਜੋਗੀ, ਘਰ ਵਾਸੀ ਕੋ ਕਹੇ ਜੋ ਭੋਗੀ, ਅੰਤਰ ਭਾਵਨਾ ਪਰਖੈ ਜੋਈ, ਗੋਰਖ ਆਖੈ ਮੂਰਖ ਸੋਈ। ਅੰਤਰ ਭਾਵਨਾ ਪਰਖੈ ਜੋਈ, ਗੋਰਖ ਆਖੈ ਮੂਰਖ ਸੋਈ। ਬੜੀ ਵੱਡੀ ਗੱਲ ਆ, ਇਹ ਗੁਰੂ ਗੋਰਖਨਾਥ ਦੀਆਂ ਤੁਕਾਂ ਨੇ, ਤੁਸੀਂ ਨੋਟ ਕਰ ਲਿਓ, ਪੇਪਰ ਦੇ ਵਿੱਚ ਪੁੱਛੀਆਂ ਜਾ ਸਕਦੀਆਂ। ਠੀਕ ਹੈ ਜੀ, ਕਿਹਾ ਜਾਂਦਾ ਕਿ ਯੋਗ ਮਤ ਇੱਕ ਪ੍ਰਕਾਰ ਦਾ ਜਿਹੜਾ ਆ ਉਹ ਸਿੱਧਾਂ ਦੇ ਕੁਕਰਮਾਂ ਦਾ ਪ੍ਰਤੀਕਰਮ ਸੀ। ਵੈਰੀ ਵੈਰੀ ਇੰਪੋਰਟੈਂਟ, ਯੋਗ ਮਤ ਜਿਹੜਾ ਆ ਉਹ ਇੱਕ ਪ੍ਰਕਾਰ ਦਾ ਸਿੱਧਾਂ ਦੇ, ਸਿੱਧ ਕਿੱਥੇ ਹੋਏ ਨੇ? ਦੱਖਣੀ ਭਾਰਤ ਵਿੱਚ, ਮਗਧੀ ਭਾਸ਼ਾ ਵਿੱਚ ਉਹਨਾਂ ਨੇ ਬਹੁਤਾ ਸਾਹਿਤ ਲਿਖਿਆ ਆ, ਅਤੇ ਯੋਗੀ ਜਿਹੜੇ ਨੇ ਉਹ ਪੰਜਾਬ ਅਤੇ ਰਾਜਸਥਾਨ ਦੇ ਵਿੱਚ ਬਹੁਤੇ ਰਹੇ ਨੇ, ਇਸ ਕਰਕੇ ਇਹਨਾਂ ਦਾ ਸੰਬੰਧ ਪੰਜਾਬੀ ਸਾਹਿਤ ਦੇ ਨਾਲ ਜ਼ਿਆਦਾ ਆ। ਅਤੇ ਇਹ ਯੋਗ ਮਤ ਜਿਹੜਾ ਆ ਦੁਬਾਰਾ ਉਥਾਨ ਹੁੰਦਾ ਆ 8ਵੀਂ 9ਵੀਂ ਸਦੀ ਦੇ ਵਿੱਚ, ਤਾਂ ਉਹਦੇ ਪਿੱਛੇ ਕਾਰਨ ਕੀ ਆ? ਸਿੱਧਾਂ ਦੇ ਕੁਕਰਮਾਂ ਦਾ ਪ੍ਰਤੀਕਰਮ। ਹੁਣ ਆਪਾਂ ਇੱਕ ਕਥਨ ਜਿਹੜਾ ਆ ਉਹਨੂੰ ਨੋਟ ਕਰਨਾ ਆ। ਪੰਡਿਤ ਅਯੁੱਧਿਆ ਸਿੰਘ ਉਪਾਧਿਆਏ ਆਪਣੀ ਕਿਤਾਬ, ਕਿਤਾਬ ਦਾ ਨਾਮ ਹੈਗਾ ਹਿੰਦੀ ਭਾਸ਼ਾ ਔਰ ਸਾਹਿਤ ਕਾ ਇਤਿਹਾਸ, ਪੰਨਾ ਨੰਬਰ 148 149 'ਤੇ ਲਿਖਦੇ ਆ, ਸਿੱਧਾਂ ਦੀ ਅਯਾਸ਼ੀ ਜਾਂ ਭੋਲੇ ਭਾਲੇ ਲੋਕਾਂ ਨੂੰ ਕਰਾਮਾਤ ਦਿਖਾ ਕੇ ਆਪਣੇ ਪਿੱਛੇ ਲਾਉਣ ਦੇ ਢੰਗਾਂ ਦੀ ਨਿਖੇਧੀ ਕੀਤੀ ਯੋਗੀਆਂ ਨੇ। ਠੀਕ ਹੈ ਜੀ, ਜਿਹੜੇ ਯੋਗ ਮਤ ਦੀ ਇੰਨਾ ਉਥਾਨ ਹੋਇਆ ਉਹਦੇ ਪਿੱਛੇ ਕੀ ਸੀ? ਸਿੱਧਾਂ ਦੀ ਅਯਾਸ਼ੀ ਅਤੇ ਭੋਲੇ ਭਾਲੇ ਲੋਕਾਂ ਨੂੰ ਕਰਾਮਾਤਾਂ ਦਿਖਾ ਕੇ ਆਪਣੇ ਪਿੱਛੇ ਲਾਉਣ ਦੇ
ਢੰਗਾਂ ਦੀ ਨਿਖੇਧੀ ਕੀਤੀ ਆ ਅਤੇ ਇਸ ਤਰ੍ਹਾਂ ਲੋਕਾਂ ਦੇ ਵਿੱਚ ਯੋਗੀ ਮਕਬੂਲ ਹੋ ਗਏ। ਹੁਣ ਆਪਾਂ ਯੋਗੀ ਦੀ ਪਛਾਣ ਕਰਨੀ ਆ, ਕਿਹੜੇ ਕਿਹੜੇ ਲੱਛਣ ਹੁੰਦੇ ਆ, ਉਹ ਕੀ ਕਰਦੇ ਸੀ। ਨੰਬਰ ਇੱਕ, ਯੋਗੀ ਸੰਜਮ ਦਾ ਖਾਂਦੇ ਸੀ, ਥੋੜ੍ਹਾ ਖਾਂਦੇ ਸੀ, ਅਲਪ, ਠੀਕ ਹੈ ਜੀ। ਅਤੇ ਉਹ ਬਿੰਦ ਨੂੰ ਰੋਕਦੇ ਸੀ, ਕਾਮਕਤਾ ਨੂੰ ਰੋਕਦੇ ਸੀ, ਭਟਕਣ ਨੂੰ ਰੋਕਦੇ ਸੀ। ਤੀਜਾ, ਕੰਨਾਂ 'ਚ ਮੁੰਦਰਾਂ ਪਾਉਂਦੇ ਸੀ, ਠੀਕ ਹੈ ਜੀ, ਵੱਡੇ ਵੱਡੇ ਵਾਲੇ ਪਾਉਂਦੇ ਸੀ। ਅੱਗੇ ਵਿਭੂਤੀ ਮਲਦੇ ਸੀ, ਵਿਭੂਤੀ ਹੁੰਦੀ ਰਾਖ, ਸਵਾਹ ਜਿਹਨੂੰ ਕਹਿੰਦੇ ਆਪਾਂ, ਤਾਂ ਕਿ ਆਪਣੇ ਆਪ 'ਤੇ ਵੱਸ ਰੱਖਿਆ ਜਾ ਸਕੇ। ਪੰਜਵਾਂ, ਸਿੰਗੀ ਅਤੇ ਨਾਦ ਵਜਾਉਂਦੇ ਸੀ, ਇਹ ਇਹਨਾਂ ਦੀ ਪਛਾਣ ਸੀ। ਹੁਣ ਤੁਸੀਂ ਨੋਟ ਕਰਨਾ ਇੱਕ ਚੀਜ਼, ਬਹੁਤ ਬਹੁਤ ਇੰਪੋਰਟੈਂਟ ਮੈਂ ਤੁਹਾਨੂੰ ਦੱਸਣ ਲੱਗਾ, ਕਿ ਗੋਰਖ ਅਤੇ ਚਰਪਟਨਾਥ, ਗੁਰੂ ਗੋਰਖਨਾਥ ਨੇ ਅਤੇ ਚਰਪਟਨਾਥ ਨੇ ਸਾਰੇ ਬਾਹਰਮੁਖੀ ਭੇਖਾਂ, ਇਹ ਜਿੰਨੇ ਮੈਂ ਦੱਸੇ ਆ, ਜਿਹਨਾਂ ਨੂੰ ਆਮ ਯੋਗੀ ਬੜਾ ਜ਼ਰੂਰੀ ਮੰਨਦੇ ਸੀ, ਉਹਨਾਂ ਨੂੰ ਗੁਰੂ ਗੋਰਖਨਾਥ ਨੇ ਅਤੇ ਚਰਪਟਨਾਥ ਨੇ ਇਹਨਾਂ ਸਾਰੇ ਬਾਹਰਮੁਖੀ ਭੇਖਾਂ ਨੂੰ ਨਿੰਦਿਆ, ਮਾੜਾ ਕਿਹਾ ਅਤੇ ਆਤਮਕ ਸ਼ੁੱਧੀ ਨੂੰ ਹੀ ਸਭ ਤੋਂ ਵੱਡਾ ਯੋਗ ਮੰਨਿਆ। ਵੈਰੀ ਇੰਪੋਰਟੈਂਟ ਕਿ ਗੋਰਖਨਾਥ ਚਰਪਟਨਾਥ ਜਿਹੜੇ ਆ ਉਹ ਆਤਮਕ ਸ਼ੁੱਧੀ ਨੂੰ ਪਹਿਲ ਦਿੰਦੇ ਆ, ਬਾਕੀ ਬਾਹਰਲੇ ਜਿਹੜੇ ਦਿਖਾਵੇ ਨੇ ਉਹਨਾਂ ਦਾ ਵਿਰੋਧ ਕਰਦੇ ਆ। ਆਪਾਂ ਹੁਣ ਅੱਜ ਅੱਗੇ ਜੋ ਪੜ੍ਹਨਾ ਆ ਉਹ ਹੈਗਾ ਆ ਜੀ ਚਰਪਟਨਾਥ, ਠੀਕ ਹੈ ਜੀ। ਚਰਪਟਨਾਥ ਬਾਰੇ ਅੱਜ ਆਪਾਂ ਪੜ੍ਹਾਂਗੇ, ਕਿਉਂਕਿ ਚਰਪਟਨਾਥ ਦਾ ਬਹੁਤ ਪੰਜਾਬੀ ਸਾਹਿਤ ਦੇ ਵਿੱਚ ਹਿੱਸਾ ਆ, ਯੋਗਦਾਨ ਆ। ਆਪਾਂ ਆਦਿਕਾਲ ਦੀ ਗੱਲ ਕਰ ਰਹੇ ਹਾਂ, ਇਹ ਖਿਆਲ 'ਚ ਆਪਣੇ ਨਾਲ ਨਾਲ ਰੱਖਿਓ। ਚਰਪਟਨਾਥ ਜਿਹੜਾ ਸੀਗਾ ਮੰਨਿਆ ਜਾਂਦਾ ਕਿ ਉਹ ਗੁਰੂ ਗੋਰਖਨਾਥ ਦਾ ਚੇਲਾ ਸੀ, ਨੰਬਰ ਇੱਕ। ਨੰਬਰ ਦੋ, ਕਈਆਂ ਨੇ ਚਰਪਟਨਾਥ ਨੂੰ ਗੁਰੂ ਗੋਰਖਨਾਥ ਦਾ ਗੁਰੂ ਭਾਈ ਮੰਨਿਆ ਆ, ਮਤਲਬ ਇਕੱਠੇ ਇੱਕੋ ਗੁਰੂ ਤੋਂ ਪੜ੍ਹੇ ਆ, ਇਹ ਵੀ ਮੰਨਿਆ। ਨੰਬਰ ਤਿੰਨ, ਕਈ ਵਿਦਵਾਨ ਇਹ ਵੀ ਕਹਿੰਦੇ ਆ ਕਿ ਚਰਪਟਨਾਥ ਨੂੰ ਬਾਲਨਾਥ ਦਾ ਚੇਲਾ ਕਿਹਾ ਜਾਂਦਾ। ਹੁਣ ਦੇਖੋ, ਇੱਕ ਕਹਿੰਦੇ ਆ ਕਿ ਉਹ ਗੁਰੂ ਗੋਰਖਨਾਥ ਦਾ ਚੇਲਾ ਸੀ, ਦੂਜੇ ਕਹਿੰਦੇ ਨਹੀਂ ਨਹੀਂ ਉਹ ਮਛਿੰਦਰ ਨਾਥ ਦਾ ਚੇਲਾ ਸੀ, ਕਿਉਂਕਿ ਗੁਰੂ ਗੋਰਖਨਾਥ ਦਾ ਗੁਰੂ ਭਾਈ ਤਾਂ ਹੀ ਹੋਇਆ ਨਾ ਜੇ ਮਛਿੰਦਰ ਨਾਥ ਦਾ ਚੇਲਾ ਹੋਊਗਾ। ਕਈ ਕਹਿੰਦੇ ਆ ਕਿ ਨਹੀਂ ਯਾਰ, ਉਹ ਬਾਲਨਾਥ ਦਾ ਚੇਲਾ ਸੀ। ਇਹ ਜਿਹੜੀਆਂ ਵਿਧਾਵਾਂ, ਇਹ ਜਿਹੜੀਆਂ ਚਰਚਾ ਆ, ਉਹ ਬਹੁਤ ਚੱਲਦੀ ਆਈ ਆ, ਪਰ ਮੈਂ ਇੱਕ ਗੱਲ ਤੁਹਾਨੂੰ ਹੋਰ ਕਲੀਅਰ ਕਰ ਦੇਣੀ ਚਾਹੁੰਦਾ ਕਿ ਬਾਲਨਾਥ ਅਤੇ ਰਤਨਨਾਥ ਉਹ ਦੋਵੇਂ ਗੁਰੂ ਗੋਰਖਨਾਥ ਦੇ ਚੇਲੇ ਸੀ, ਠੀਕ ਹੈ ਜੀ। ਇਸ ਕਰਕੇ ਜਿਹੜੀ ਬਾਲਨਾਥ ਦਾ ਚੇਲਾ ਹੋਣ ਵਾਲੀ ਗੱਲ ਆ ਉਹ ਕਿਤੇ ਨਾ ਕਿਤੇ ਗਲਤ ਲੱਗਦੀ ਆ, ਠੀਕ ਹੈ ਜੀ। ਡਾਕਟਰ ਮੋਹਨ ਸਿੰਘ ਦੀਵਾਨਾ ਦੀ ਆਪਾਂ ਗੱਲ ਕਰਦੇ ਹਾਂ, ਰੈਲੇਵੈਂਟ ਉਹ ਗੱਲ ਕਰਦੇ ਨੇ ਹਮੇਸ਼ਾ ਕਿ ਚਰਪਟਨਾਥ ਦਾ ਜੀਵਨ ਕਾਲ ਜਿਹੜਾ ਆ ਉਹ 890 ਈਸਵੀ ਤੋਂ ਲੈ ਕੇ 990 ਈਸਵੀ ਦੇ ਦਰਮਿਆਨ ਹੋਇਆ, ਇਹ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਕਿਹਾ। ਚਰਪਟਨਾਥ ਜਿਹੜਾ ਆ ਉਹ ਚੰਬਾ ਰਿਆਸਤ ਦੇ ਰਾਜਾ ਸਾਇਲ ਵਰਮਾ ਦਾ ਗੁਰੂ ਵੀ ਮੰਨਿਆ ਜਾਂਦਾ ਆ, ਚੰਬਾ ਰਿਆਸਤ ਦੇ ਰਾਜਾ ਸਾਇਲ ਵਰਮਾ ਦਾ ਗੁਰੂ ਵੀ ਮੰਨਿਆ ਜਾਂਦਾ, ਕਿਹਨੂੰ, ਚਰਪਟਨਾਥ ਨੂੰ। ਅਤੇ ਵੱਡੀ ਗੱਲ ਆ ਕਿ ਚੰਬੇ ਦੀ ਰਿਆਸਤ ਦੇ ਸਿੱਕਿਆਂ ਉੱਤੇ ਮੁੰਦਰਾਂ ਦੇ ਨਿਸ਼ਾਨ ਮਿਲਦੇ ਆ, ਜੋ ਕਿ ਚਰਪਟਨਾਥ ਨੂੰ ਰਾਜਗੁਰੂ ਦਾ ਦਰਜਾ ਪ੍ਰਾਪਤ ਸੀ ਚੰਬੇ ਰਿਆਸਤ ਵਿੱਚ, ਇਸ ਕਰਕੇ ਸਿੱਕਿਆਂ ਦੇ ਉੱਤੇ ਉਹਨਾਂ ਦੀਆਂ ਮੁੰਦਰਾਂ ਦੇ ਨਿਸ਼ਾਨ ਬਣਾਏ ਗਏ, ਕਿਹਨਾਂ ਵੱਲੋਂ, ਰਾਜਾ ਸਾਇਲ ਵੱਲੋਂ। ਅਗਲਾ ਨੁਕਤਾ ਕਿ ਚਰਪਟਨਾਥ ਜਿਹੜਾ ਸੀਗਾ ਨਾ ਉਹ ਪੱਕਾ ਜਤੀ ਸਤੀ ਸੀਗਾ, ਅਸਲੀ ਯੋਗੀ ਸੀ ਗੁਰੂ ਗੋਰਖਨਾਥ ਦੇ ਵਾਂਗ। ਉਸਨੇ ਭੇਖੀ ਯੋਗੀਆਂ ਦੀ ਨਿੰਦਿਆ ਕਰਦਿਆਂ ਵਿਅੰਗਮਈ ਸ਼ੈਲੀ ਦਾ ਪ੍ਰਯੋਗ ਕੀਤਾ, ਮਜ਼ਾਕ ਕਰਦੇ ਸੀ, ਵਿਅੰਗ ਕਰਦੇ ਸੀ। ਉਸਨੇ ਆਤਮ ਯੋਗ ਨੂੰ ਚਲਾਇਆ, ਮਤਲਬ ਚਰਪਟਨਾਥ ਨੇ ਆਤਮ ਯੋਗ ਦਾ ਸਿਧਾਂਤ ਦਿੱਤਾ। ਯੋਗੀਆਂ ਦੇ ਡਿੱਗੇ ਹੋਏ ਕਿਰਦਾਰਾਂ ਨੂੰ ਚੋਭਾਂ ਲਾਈਆਂ ਅਤੇ ਉਹਨਾਂ ਨੂੰ ਚੋਭਾਂ ਲਾ ਲਾ ਕੇ, ਟੋਕਾਂ ਲਾ ਲਾ ਕੇ ਨੰਗੀਆਂ ਕੀਤਾ, ਲੋਕਾਂ ਦੇ ਸਾਹਮਣੇ ਉਹਨਾਂ ਦਾ ਪਾਜ ਉਧੇੜਿਆ, ਠੀਕ ਹੈ ਜੀ, ਉਹਨਾਂ ਦੇ ਦੰਭ ਦਾ ਪਾਜ ਉਧੇੜਿਆ। ਚਰਪਟਨਾਥ ਜਿਹੜੇ ਆ ਉਹ ਆਪਣੀ ਬਾਣੀ ਦੇ ਵਿੱਚ ਬੜੇ ਵਿਅੰਗਮਈ ਢੰਗ ਨਾਲ ਉਦੋਂ ਦੇ ਯੋਗੀਆਂ ਦਾ, ਪਖੰਡੀਆਂ ਦਾ ਵਿਅੰਗ ਉਡਾ ਕੇ, ਮਜ਼ਾਕ ਉਡਾ ਕੇ ਉਹਨਾਂ ਬਾਰੇ ਲਿਖਦੇ ਨੇ। ਇੱਕ ਥਾਂ ਉਹ ਲਿਖਦੇ ਆ ਕਿ ਆਤਮਕਾ ਯੋਗੀ ਕੌਣ ਆ, ਉਹ ਕੀ ਕਹਿੰਦੇ ਆ, ਭੇਖ ਕਾ ਯੋਗੀ ਮੈਂ ਨਾ ਕਹਾਊਂ, ਮੈਂ ਭੇਖੀ ਨਹੀਂ ਹੈਗਾ, ਭੇਖ ਕਾ ਯੋਗੀ ਮੈਂ ਨਾ ਕਹਾਊਂ, ਆਤਮਕਾ ਯੋਗੀ ਚਰਪਟ ਨਾ ਹੋ। ਹੁਣ ਇਹਨਾਂ ਨੇ ਆਤਮ ਕਾ ਯੋਗੀ ਦਾ ਸਿਧਾਂਤ ਦਿੱਤਾ ਅਤੇ ਚਰਪਟ ਇਹਨਾਂ ਦਾ ਨਾਂ ਸੀਗਾ, ਇਸ ਕਰਕੇ ਇਹ ਜਿਹੜੀਆਂ ਤੁਕਾਂ ਨੇ ਉਹ ਚਰਪਟ
नाथ ਦੀਆਂ ਲਿਖੀਆਂ ਹੋਈਆਂ ਨੇ, ਇਹ ਵੀ ਆਪਾਂ ਨੋਟ ਕਰਨਾ। ਅੱਗੇ ਵੈਰੀ 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 ਇੰਪੋਰਟੈਂਟ, ਚਰਪਟ ਨਾਥ ਨੂੰ ਹੀ ਹਾਸ ਰਸ ਧਾਰਾ ਦਾ ਮੋਢੀ ਕਵੀ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਚਰਪਟ ਨਾਥ ਨੂੰ ਹੀ ਹਾਸ ਰਸ ਵਿਅੰਗ ਧਾਰਾ ਦਾ ਮੋਢੀ ਕਵੀ ਮੰਨਿਆ ਜਾਂਦਾ ਹੈ। ਵੈਰੀ ਇੰਪੋਰਟੈਂਟ, ਉਹ ਆਪਣੀ ਕਵਿਤਾ ਦੇ ਵਿੱਚ ਕੋਮੇਡੀ ਭਰ ਦਿੰਦੇ ਸੀ, ਗੱਲ ਇਸ ਤਰ੍ਹਾਂ ਕਰਦੇ ਸੀ ਕਿ ਅਗਲਾ ਸੁਣਨ ਵਾਲਾ ਹੱਸਦਾ ਵੀ ਸੀ ਅਤੇ ਉਹਨੂੰ ਅਸਲੀ ਗੱਲ ਸਮਝ ਵੀ ਆ ਜਾਂਦੀ ਸੀ ਕਿ ਮੇਰੇ ਬਾਰੇ ਇਹ ਬਿਆਨ ਕੀਤਾ ਆ। ਅਤੇ ਡਾਕਟਰ ਮੋਹਨ ਸਿੰਘ ਆਪਣੀ ਪੁਸਤਕ, ਕਿਹੜੀ ਪੁਸਤਕ, ਜਿਹੜੀ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਪਹਿਲੀ ਪ੍ਰਮਾਣਿਕ ਪੁਸਤਕ ਮੰਨੀ ਜਾਂਦੀ ਆ, ਡਾਕਟਰ ਮੋਹਨ ਸਿੰਘ ਦੀਵਾਨਾ ਦੀ ਕਿਤਾਬ ਦਾ ਨਾਮ ਪੰਜਾਬੀ ਅਦਬ ਦੀ ਮੁਕਤਸਰ ਤਵਾਰੀਖ। ਇਸ ਕਿਤਾਬ ਦੇ ਵਿੱਚ ਉਹ ਚਰਪਟ ਨਾਥ ਬਾਰੇ ਕਥਨ ਜੋ ਲਿਖਦੇ ਨੇ, ਮੈਂ ਹੂਬ ਹੂ ਪੜ੍ਹਨ ਲੱਗਾ, ਤੁਸੀਂ ਨੋਟ ਕਰ ਲਿਓ। ਉਹ ਕਹਿੰਦੇ ਕਿ ਉਹ ਪਹਿਲਾ ਮੱਧਕਾਲੀਨ ਦੰਭ ਬਿਦਾਰੂ ਹੋਇਆ ਹੈ, ਉਸਨੇ ਦਿਨ ਧੜਕ ਅਤੇ ਨਿਝੱਕ ਹੋ ਕੇ ਗ੍ਰਹੀ ਅਤੇ ਉਦਾਸੀ, ਯੋਗੀ ਅਤੇ ਸੰਨਿਆਸੀ ਦੀ ਮਾਨਸਿਕ ਦਸ਼ਾ ਨੂੰ ਨੰਗਾ ਕੀਤਾ ਅਤੇ ਚੋਭ ਲਾਈ। ਠੀਕ ਹੈ ਜੀ, ਇਹ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਆਪਣੀ ਕਿਤਾਬ ਪੰਜਾਬੀ ਅਦਬ ਦੀ ਮੁਕਤਸਰ ਤਵਾਰੀਖ ਦੇ ਵਿੱਚ ਗੱਲ ਕਹੀ ਆ, ਇਹ ਉਹਨਾਂ ਦਾ ਕਥਨ ਆ। ਅਗਲੀ ਗੱਲ ਵੈਰੀ 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 ਇੰਪੋਰਟੈਂਟ, ਚਰਪਟ ਨਾਥ ਨੇ ਸੰਸਾਰ ਨੂੰ ਕੰਢਿਆਂ ਦੀ ਵਾੜੀ ਕਿਹਾ ਆ। ਕੰਢਿਆਂ ਦੀ ਵਾੜੀ ਸੰਸਾਰ ਨੂੰ ਕਿਸ ਜੋਗੀ ਨੇ ਕਿਹਾ? ਉੱਤਰ ਆਊਗਾ ਚਰਪਟ ਨਾਥ ਨੇ। ਸਾਡੇ ਕੋਲ ਸੰਸਾਰ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਸੁਖੀ ਰਹਿਣ ਦੇ ਲਈ ਚਰਪਟ ਨਾਥ ਨੇ ਇੱਕ ਆਪਣਾ ਸ਼ਬਦ ਲਿਖਿਆ, ਆਪਣੀ ਬਾਣੀ ਉਚਾਰੀ। ਉਹ ਕੀ ਲਿਖਦੇ ਆ, ਨੋਟ ਕਰਿਓ ਜ਼ਰਾ, ਸੁਣ ਲਿਓ ਧਿਆਨ ਨਾਲ, ਕਿ ਸੁਖ ਸੁਣ ਸਿੱਖਵੰਤਾ ਸੁਣ ਪਤਵੰਤਾ, ਸੁਣ ਸਿੱਖਵੰਤਾ ਸੁਣ ਪਤਵੰਤਾ, ਇਸ ਜੱਗ ਮੇਂ ਕੈਸੇ ਰਹਿਣਾ। ਸੁਣ ਸਿੱਖਵੰਤਾ ਸੁਣ ਪਤਵੰਤਾ, ਇਸ ਜੱਗ ਮੇਂ ਕੈਸੇ ਰਹਿਣਾ, ਅੱਖੀਂ ਦੇਖਣਾ ਕੰਨੀ ਸੁਣਨਾ, ਮੁਖਸੇ ਕਛੂ ਨਾ ਕਹਿਣਾ। ਅੱਖੀਂ ਦੇਖਣਾ ਕੰਨੀ ਸੁਣਨਾ, ਮੁਖਸੇ ਕੁਛ ਨਾ ਕਹਿਣਾ, ਇਹ ਜਿਹੜਾ ਆ ਇਹ ਚਰਪਟ ਨਾਥ ਨੇ ਲਿਖਿਆ ਆ, ਵੈਰੀ ਇੰਪੋਰਟੈਂਟ। ਅੱਗੇ ਤੁਰਦੇ ਹਾਂ ਜੀ, ਵੈਰੀ, ਕਿਉਂਕਿ ਚਰਪਟ ਨਾਥ ਬਾਰੇ ਜਿੰਨੀਆਂ ਵੀ ਗੱਲਾਂ ਮੈਂ ਕਰੂੰਗਾ ਬਹੁਤ ਖਾਸ ਨੇ, ਬੜੀਆਂ ਵਿਸ਼ੇਸ਼ ਨੇ, ਪੇਪਰ ਦੇ ਵਿੱਚ ਆ ਸਕਦੀਆਂ, ਸਾਰੀਆਂ ਦੀਆਂ ਸਾਰੀਆਂ ਰੈਲੇਵੈਂਟ ਆ। ਆਪਣਾ ਅਗਲਾ ਨੁਕਤਾ ਜਿਹੜਾ ਆ ਉਹ ਹੈ, ਚਰਪਟ ਨਾਥ ਦੀ ਬੋਲੀ ਗੋਰਖਨਾਥ ਨਾਲੋਂ ਵਧੇਰੇ ਠੇਠ, ਜਿਹਨੂੰ ਆਪਾਂ ਸ਼ੁੱਧ ਕਹਿ ਦਿੰਦੇ ਹਾਂ, ਵਧੇਰੇ ਠੇਠ ਅਤੇ ਬਹਿਰਚ ਅਤੇ ਵੰਨ ਸੁਵੰਨੀ ਹੈ। ਠੀਕ ਹੈ ਜੀ, ਅਗਲਾ ਨੁਕਤਾ, ਚਰਪਟ ਨਾਥ ਨੇ ਗੁਰੂ ਗੋਰਖਨਾਥ ਵਾਂਗ ਹੀ ਰਾਗਾਂ ਦੀ ਵਰਤੋਂ ਆਪਣੀ ਬਾਣੀ ਲਿਖਣ ਵੇਲੇ ਕੀਤੀ ਆ। ਅਤੇ ਚਰਪਟ ਨਾਥ ਦੇ ਕਈ ਕਥਨ ਜਿਹੜੇ ਆ, ਬਾਣੀ ਦੀਆਂ ਕਈ ਤੁਕਾਂ ਜਿਹੜੀਆਂ ਆ ਉਹ ਮੁਹਾਵਰੇ ਬਣੇ। ਉਦਾਹਰਣ ਦੇ ਲਈ ਜੇ ਆਪਾਂ ਵਿਚਾਰ ਕਰਨੀ ਹੋਵੇ, ਚਰਪਟ ਨਾਥ ਲਿਖਦਾ ਆ, ਜਿਸਕਾ ਕਾਮ ਤਿਸੀ ਕੋ ਸਾਜੇ, ਜਿਸਕਾ ਕਾਮ ਤਿਸੀ ਕੋ ਸਾਜੈ ਔਰ ਕਰੇ ਤੋ ਠੀਕਾ ਬਾਜੇ। ਇਹ ਬਹੁਤ ਮਸ਼ਹੂਰ ਲੋਕਾਂਕਤੀ ਮੁਹਾਵਰਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਾਂ ਆਪਾਂ ਇਹਨੂੰ ਅਖਾਣ ਕਹਿ ਦਿੰਦੇ ਹਾਂ, ਇਹ ਬਣ ਚੁੱਕੀ ਆ। ਹੁਣ ਲਿਖਿਆ ਕਿਹਨੇ ਆ, ਚਰਪਟ ਨਾਥ ਨੇ। ਕਹਿੰਦਾ ਕਿ ਜਿਸਕਾ ਕਾਮ ਤਿਸੀ ਕੋ ਸਾਜੇ ਔਰ ਕਰੇ ਤੋ ਠੀਕਾ ਬਾਜੇ, ਚਰਪਟ ਕਹੇ ਇਹ ਅਚਰਜ ਦੇਖ, ਕਨਿਕ ਕਾਮਨੀ ਮੇਲਿਆ ਭੇਖ। ਜਾਂ ਫਿਰ ਉਹ ਲਿਖਦੇ ਆ, ਫੋਟ ਆਵੇ ਫੋਕਟ ਜਾਈ, ਫੋਕਟ ਬੋਲੇ ਫੋਕਟ ਥਾਈ, ਫੋਕਟ ਆਵੇ ਫੋਕਟ ਜਾਈ, ਫੋਕਟ ਬੋਲੇ ਫੋਕਟ ਥਾਈ, ਫੋਕਟ ਬੈਠਾ ਕਰੇ ਬੀ ਵਿਵਾਦ, ਚਰਪਟ ਕਹੇ ਇਹ ਸਭ ਉਪਾਦ। ਆਦਿ ਆਦਿ, ਇਹ ਜਿਹੜੀਆਂ ਇਹੋ ਜਿਹੀਆਂ ਤੁਕਾਂ ਚਰਪਟ ਨਾਥ ਨੇ ਲਿਖੀਆਂ, ਇਹ ਸਾਰੀਆਂ ਦੀਆਂ ਸਾਰੀਆਂ ਲੋਕ ਮੁਹਾਵਰੇ ਜਾਂ ਲੋਕਾਂ ਦੇ ਮੂੰਹ ਚੜ੍ਹ ਕੇ ਲੋਕ ਅਖੌਤਾਂ ਬਣ ਗਈਆਂ। ਅੱਗੇ ਆਪਾਂ ਉਹਨਾਂ ਬਾਰੇ ਥੋੜ੍ਹੀ ਜਿਹੀ ਗੱਲ ਹੋਰ ਕਰਾਂਗੇ ਕਿ ਬਹੁਤ ਸਾਰੇ ਵਿਦਵਾਨਾਂ ਨੇ ਕਿਹਾ ਕਿ ਗੋਰਖਨਾਥ, ਸੋਰੀ ਚਰਪਟ ਨਾਥ ਦੀ ਗੱਲ ਕਰ ਰਹੇ ਹਾਂ, ਚਰਪਟ ਨਾਥ ਨੇ ਸ਼ਬਦੀਆਂ ਜਾਂ ਆਪਾਂ ਸ਼ਬਦ ਕਹਿ ਸਕਦੇ ਹਾਂ ਅਤੇ ਸਲੋਕਾਂ ਦੀ ਰਚਨਾ ਜਿਹੜੀ ਆ ਉਹ ਕੀਤੀ ਸੀ। ਚਰਪਟ ਨਾਥ ਦੇ ਪ੍ਰਮੁੱਖ ਜਿਹੜੇ ਕਥਨ ਨੇ ਜਾਂ ਪ੍ਰਮੁੱਖ ਸਤਰਾਂ ਨੇ, ਕੁਝ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਤਾਂ ਕਿ ਜੇ ਪੇਪਰ ਦੇ ਵਿੱਚ ਆਉਂਦੀਆਂ ਆ ਤਾਂ ਤੁਸੀਂ ਦੱਸ ਸਕੋ, ਸਹੀ ਉੱਤਰ ਦੇ ਸਕੋ। ਪਹਿਲੀ ਹੈਗੀ ਆ ਕਿ ਔਦੂ ਮਨ ਥਿੰਬਾ ਹਾਥ ਫਹੋੜਾ, ਔਦੂ
मन खिंबा हाथ फहौड़ा पग पवड़ी मुख तंबोला खाजे पीजे कीजे जोग चरपट कहे बिगड़ियो जोग। ठीक है जी। दूजी उदाहरण हैगी आ देह भीख्या राती रस भोग दीह भीख्या राती रस भोग चरपट कहे गवाया जोग। ये जड़िया ने चरपटनाथ दियां तुकां ने जिहड़ियां बहुत मकबूल होईयां। चरपटनाथ बारे आपां जिन्ना पढ़िया मैनूं लगता है कि तुसीं याद कर लोगे, बहुत कुछ तुहानूं नवां सीखण नूं मिलिया होगा। चलो आपां हुण अपने दूजे नाथ वल आउने आ इस लैक्चर दे। उहनां दा नाम है जी चुरंगी नाथ। बहुत इंपॉर्टेंट, मैं तुहानूं पिछले लैक्चर विच कहा सी कि चुरंगी नाथ नोट कर लो, इहदे बारे आपां गल करनी आ। हुण गल करन लगे आ चुरंगी नाथ बारे। पहला नुकता आ कि राजा सलवान का पुत्र सी। दूजी गल गोरखनाथ का गुरु भाई सी, मतलब मछिंद्र नाथ का यह चेला सी, सीधी जी गल आ। तीजी गल के देखो सलवान का मुंडा मतलब इशरा का मुंडा, ठीक है जी, सियालकोट के राजे सलवान का मुंडा होया तो नैचुरल जी गल आ, वो इशरा का भी मुंडा होगा ते लूणा का भी पुत्र बनता है क्योंकि सलवान की दूजी पत्नी लूणा सी। ठीक है जी। ते गोरखनाथ का गुरु भाई चुरंगी नाथ को मनिया जाता, इस करके मछिंद्र नाथ का चेला आ चुरंगी नाथ। ठीक है जी। अगली गल वेरी वेरी इंपॉर्टेंट कि हिंदी विद्वान पंडित अयोध्या सिंह उपाध्याय के अनुसार चुरंगी नाथ पूर्ण भगत का वड्डा भरा सी। वड्डा भरा सी किहदा? पूर्ण भगत का। तुसी नोट किया ना पूर्ण भगत, उहदा वड्डा भरा कहा किहने कहा? पंडित अयोध्या सिंह उपाध्याय ने। ठीक है जी। पर आपां अगे अगे नोट करना कि डॉक्टर मोहन सिंह दिवाना पंजाबी का पहला प्रमाणिक पंजाबी साहित्य इतिहास लिखण वाला लेखक डॉक्टर मोहन सिंह दिवाना ने किसी पुराने ग्रंथ का हवाला दे के आख्या, कहिंदे चुरंगी नाथ अपनी आत्मकथा विच लिखदा आ, स्वै जीवनी विच ऑटोबायोग्राफी विच चुरंगी नाथ की लिखदा आ। कौन कहिंदा? डॉक्टर मोहन सिंह दिवाना। मैं सलबाहन का पुत्र हाँ, ये चुरंगी नाथ कह रहा, मैं सलबाहन का पुत्र हाँ अते मैनू प्यो ने अन्ने खूह विच सुटवा दिता जिथों मैनू मछिंद्र नाथ ने कढवाया। ये गल चुरंगी नाथ अपनी स्वै जीवनी विच कह रहा। ये तत्थ जिहड़े ने ये हवाले जिहड़े आ डॉक्टर मोहन सिंह दिवाना किसी पुराने ग्रंथ के विचों लभ के दे रहा है। ठीक है जी। हुण आपां इक सिट्टा कढ़ना कि जिहड़ा पूर्ण भगत आ जदों वह जोग धारण करता तां मन्निया जांदा उसनों ही चुरंगी नाथ दे नां नाल जाणिया जाण लग पिया। गल क्लीयर हो गई कि चुरंगी नाथ कोई होर नहीं सी, वो खुद पूर्ण भगत सीगा। क्यों? क्योंकि पूरन भगत का कोई भी वड्डा भरा नहीं सी, कोई भी वड्डा भरा इतिहास मिथिहास में नहीं लभदा। इस करके सिट्टा ये निकलता कि जदों पूरन भगत खूह डिगदा आ उहदा पिता सलवान उहनू सटवाउंदा आ कटवा के वढ़ा के, तां जदों मछिंद्र नाथ तुरिया आउंदा आ उहनू खूह चों बाहर कढ़दा आ उहनू जोग धारण करवाउंदा आ तां उहदा नाम पूरन भगत तों बदल के चुरंगी नाथ रख दिंदा आ। ठीक है जी। हुण कहानी तुहाडे समझ आ गई होनी आ। अगली गल कि चुरंगी नाथ नूं चतरंगी नाथ चौरंग नाथ दे नावां नाल वी जाणिया जांदा आ। चतरंगी नाथ चौरंग नाथ इन्हां नावां दे नाल वी चुरंगी नाथ नूं जाणिया जांदा। चुरंगी नाथ दा समां जिहड़ा आ ये 1000 ईस्वी तों लै के 1200 ईस्वी दे विचकार दा मन्निया गिआ। ठीक है। चुरंगी नाथ का समा 1000 ईस्वी तो लैके 1200 ईस्वी के दरम्यान मतलब विचकारला मनिया गया आ। यह भी कहा जाता कि चुरंगी नाथ ने प्राण संगली नाम की रचना जी लिखी आ। प्राण संगली चुरंगी नाम के नाम नाल जोड़ी जाती आ। क्लीयर है जी। बहुत बहुत इंपॉर्टेंट वा ये। अगली गल चुरंगी नाथ की भाषा उपर अपभ्रंश उस समय दियां लोक बोलियां का प्रभाव ज़्यादा, इहदे नाल नाल राजस्थानी
पूर्बी हिंदी ते पंजाबी दा जिहड़ा मिश्रण उहदी बोली दे विच उहदियां रचनावां दे विच इह मिलदा आ। इह कहिंदा कौण आ? डॉक्टर त्रिवेदी अते मीर। डॉक्टर त्रिवेदी ते मीर कहिंदे आ कि चुरंगी नाथ दी भाषा दे विच राजस्थानी पूर्वी हिंदी पंजाबी दा खासा मिश्रण मिलदा आ। हवाला तुहानूं दे रहा मैं किहड़े बंदे कह रहे आ, नोट करी जायो ठीक है जी। ते जे आपां चुरंगी नाथ दी एक रचना वेखणी होवे तां तुसीं नोट करो जी, माली लौ मन माली लौ। माली लौ मन माली लौ, सींचे सहज क्यारी, उन मन कला एक पहुपन, पाइले अवागम अवागन निवारी। माली लौ मन माली लौ, सींचे सहज क्यारी, उन मन कला एक पहुपन, पाइले आवागन निवारी। ये चुरंगी नाथ की रचना आ ठीक है जी। क्लियर हो रहा ना? बहुत शानदार, शाबाश तुहानू सारयां नू। हिम्मत दे नाल तुसीं जदों पढ़ोगे तां बहुत कुछ सीखण नू मिलेगा। ये रिसर्च, ये खोज जिहड़ी आ जिथे असी अपना समा कढ के कर रहे हाँ, उत्थे यकीन करना असी तुहाडे ते कर भी रहे हाँ, उम्मीद भी रखते हाँ कि तुसीं भी इस हिम्मत दे नाल इहनू पढ़ोगे, अपने वर्गियां नू पढ़ाओगे। साडे कोल अगला नाथ आ जी, रतन नाथ। रतन नाथ नू बाबा रतन, हाजी रतन करके भी जाणिया जांदा आ ठीक है जी। बाबा रतन, हाजी रतन दे नां नाल भी रतन नाथ नू आपां साहित दे इतिहास दे विच कोखदे आ, पछाणदे आ। डॉक्टर जीत सिंह सीतल दे अनुसार रतन नाथ दा समां 1000 ईस्वी तों 1200 ईस्वी दे दरमियान दा होया। रतन नाथ नू मीर रतन नाथ अते जोगी रतन नाथ भी कहा जाता है। मीर रतन नाथ अते जोगी रतन नाथ भी जिहड़ा आ रतन नाथ नू ये कहा जाता है ठीक है जी। ये तुसी नोट कर लियो। अगे डॉक्टर मोहन सिंह दीवाना का कथन आ। डॉक्टर मोहन सिंह दीवाना के अनुसार पीर बाबा जोगी रतन नाथ नू कई बठिंडे का खत्री राजा कहिंदे आ। पीर बाबा जोगी रतन नाथ नू कई बठिंडे का खत्री राजा कहिंदे हन। कई नेपाल का खत्री पुत्र कहिंदे आ, कई बठिंडे का राजा कहिंदे आ, ते कई विद्वान जिहड़े आ वो नेपाल का खत्री पुत्र कहिंदे आ। किनू? रतन नाथ नू ठीक है जी। ते एक लेखक अनुसार रतन नाथ गोदावरी के कंढे मछिंद्र नाथ नू मिलिया ते कन्नपाटा जोगी बन गया सी। रतन नाथ जिहड़ा आ वो मछिंद्र नाथ का चेला बन गया ते उस तो उन्हें योग धारण कर लिया। रतन नाथ अपने पंथ के प्रचार लई खुरासान भी गया ठीक है जी। उन्हें काबल ते जलालाबाद दे विच शिव मंदिर भी स्थापित किए, थापे बनाए ते गजनी विच रतन नाथ का देहांत होया मनिया जाता। गजनी थां का नाँ आ, उत्थे रतन नाथ का देहांत होया ये मनिया जाता है। रतन नाथ नू ये भी मनिया जाता कि वह कंधार भी गए सी ठीक है जी। ते पिशौर तो 2 मील परे रतन नाथ की बनाई हुई धर्मशाला 1947 तक स्थापित सी, जिस दे महंत नू गुसाई कहिंदे सीगे। 1947 तक पिशौर दे तो 2 मील दूर बाबे रतन नाथ की बनाई हुई धर्मशाला सी, जिथे जिहड़ा महंत रहिंदा सी उत्थे उहनू की कहिंदे सी? गुसाई। रतन नाथ की एक शब्दी मिलती आ गोरख बाणी दे विच, की लिखदा आ वो करियो नोट। रपा मुहम्मद सोना खुदाई, दोहों विच दुनिया गोता खाई। रपा मुहम्मद सोना खुदाई, दोहों विच दुनिया गोता खाई, बाबा रतन हाजी ऐसी कहे सब ते न्यारा रहे ठीक है जी। ये रतन नाथ जोगी ने जिहड़ा लिखिआ आ, इहनूं तुसीं नोट कर लिया होणा। रतन नाथ दीआं दो रचनावां मिलदीआं ने, एक हैगी आ काफर बोध, दूजी हैगी आ अवली सलूक, सस्से सिहारी लल्ले दरैंकड़ कक्का ठीक है जी। काफर बोध ते अवली सलूक जिहड़ी आ उहदीआं दो किताबां दो रचनावां मिलदीआं ने। कुछ लेखकां अनुसार रतन नाथ सूफी कवि सीगा, वो जोगी तां सी नाल नाल वो सूफी कवि सी। ते श्री बिशप जोहन सुबहान अनुसार ये विद्वान हुए आ, श्री बिशप
ਜੋਹਨ ਸੁਭਾਨ ਅਨੁਸਾਰ ਰਤਨ ਨਾਥ ਨੇ ਇਸਲਾਮ ਧਾਰਨ ਕਰ ਲਿਆ ਸੀ। ਕਿਹੜੀ ਕਿਤਾਬ ਦੇ ਆਧਾਰ ਤੇ ਇਹ ਗੱਲ ਮੈਂ ਕਹਿ ਰਿਹਾ? ਨੋਟ ਕਰੋ, ਸੂਫੀਜ਼ਮ, ਇਟ ਇਜ਼ ਸੇਟਸ ਐਂਡ ਸਰਾਈਨਸ, ਪੰਨਾ ਨੰਬਰ 121। ਇਸ ਦੇ ਆਧਾਰ ਤੇ ਬਿਸ਼ਪ ਜੋਹਨ ਸੁਭਾਨ ਨੇ ਕਿਹਾ ਕਿ ਰਤਨ ਨਾਥ ਨੇ ਇਸਲਾਮ ਧਾਰਨ ਕਰ ਲਿਆ ਸੀ, ਮਤਲਬ ਉਹ ਇਸਲਾਮ ਨੂੰ ਧਾਰਨ ਕਰਨ ਵਾਲਾ ਜੋਗੀ ਸੀ। ਇੰਨਾ ਹੋ ਗਿਆ। ਸਾਡੇ ਕੋਲ ਅਗਲੇ ਨਾਥ ਹੈਗੇ ਆ ਗੋਪੀ ਚੰਦ। ਇਹਨਾਂ ਬਾਰੇ ਆਪਾਂ ਪਹਿਲੀ ਗੱਲ ਜਾਣਨੀ ਆ ਕਿ ਗੋਪੀ ਚੰਦ ਦੇ ਪਿਤਾ ਦਾ ਨਾਮ ਸੀ ਰਾਜਾ ਮਾਣਕ, ਗੋਪੀ ਚੰਦ ਦੀ ਮਾਤਾ ਦਾ ਨਾਮ ਸੀ ਮੈਣਾਵਤੀ। ਠੀਕ ਹੈ ਜੀ, ਪਿਤਾ ਰਾਜਾ ਮਾਣਕ, ਮਾਤਾ ਮੈਣਾਵਤੀ। ਜੋਗ ਲੈਣ ਲਈ ਗੋਪੀ ਚੰਦ ਨੂੰ ਉਹਨਾਂ ਦੀ ਮਾਤਾ ਮੈਣਾਵਤੀ ਨੇ ਪ੍ਰੇਰਿਤ ਕੀਤਾ। ਠੀਕ ਹੈ, ਗੋਪੀ ਚੰਦ ਜਿਹੜਾ ਆ ਗੁਰੂ ਗੋਰਖਨਾਥ ਦਾ ਚੇਲਾ ਸੀ, ਗੁਰੂ ਗੋਰਖਨਾਥ ਦਾ ਚੇਲਾ ਸੀਗਾ ਅਤੇ ਚਰਪਟਨਾਥ ਦੇ ਗੁਰੂ ਭਾਈ ਸਨ ਗੋਪੀ ਚੰਦ ਜੀ, ਕਿਉਂਕਿ ਚਰਪਟਨਾਥ ਵੀ ਗੁਰੂ ਗੋਰਖਨਾਥ ਦਾ ਚੇਲਾ ਸੀ ਅਤੇ ਗੋਪੀ ਚੰਦ ਜੀ ਗੁਰੂ ਗੋਰਖਨਾਥ ਦਾ ਚੇਲਾ ਸੀ। ਕਲੀਅਰ ਹੈ ਨਾ? ਅਤੇ ਗੋਪੀ ਚੰਦ ਦੀ ਸ਼ਬਦੀ ਅਨੁਸਾਰ ਕੀ ਕਹਿ ਰਹੇ ਨੇ ਆਪਣੀ ਬਾਣੀ ਦੇ ਵਿੱਚ, ਇਹ ਮੈਂ ਹਵਾਲਾ ਦੇ ਰਿਹਾ। ਸਾਨੂੰ ਕਿੱਥੋਂ ਪਤਾ ਲੱਗਦਾ ਕਿ ਚਰਪਟਨਾਥ ਅਤੇ ਗੋਪੀਨਾਥ ਜਿਹੜੇ ਨੇ, ਗੋਪੀ ਚੰਦ ਜਿਹੜੇ ਨੇ, ਉਹ ਗੁਰੂ ਭਾਈ ਸੀ? ਉਦਾਹਰਣ, ਗੋਪੀ ਚੰਦ ਆਪਣੀ ਬਾਣੀ ਦੇ ਵਿੱਚ ਲਿਖਦੇ ਆ, ਗੁਰੂ ਹਮਾਰੇ ਗੋਰਖ ਬੋਲੀ ਹੈ, ਗੁਰੂ ਹਮਾਰੇ ਗੋਰਖ ਬੋਲੀ ਹੈ, ਚਰਪਟ ਹੈ ਗੁਰੂ ਭਾਈ ਜੀ। ਗੁਰੂ ਹਮਾਰੇ ਗੋਰਖ ਬੋਲੀਏ, ਚਰਪਟ ਹੈ ਗੁਰੂ ਭਾਈ ਜੀ, ਯਹ ਕੇ ਸ਼ਬਦ ਹਮਕੂ ਗੁਰੂ ਗੋਰਖ ਨਾਥ ਕੀਆ, ਸੋਵੋ ਲਿਖਾਇਆ ਮੈਣਾਵੰਤੀ ਮਾਈ ਜੀ। ਠੀਕ ਹੈ ਜੀ, ਇਹ ਗੋਪੀ ਚੰਦ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ, ਇਹ ਉਹਨਾਂ ਦੀਆਂ ਤੁਕਾਂ ਨੇ। ਅੱਗੇ, ਗੋਪੀ ਚੰਦ ਦਾ ਸੰਬੰਧ ਜਿਹੜਾ ਆ ਇਹ ਪਾਲ ਵੰਸ਼ ਦੇ ਰਾਜਿਆਂ ਦੇ ਨਾਲ ਮੰਨਿਆ ਜਾਂਦਾ ਆ ਜੋ ਬੰਗਾਲ ਅਤੇ ਪੰਜਾਬ ਦੇ ਵਿੱਚ ਰਾਜ ਕਰਦੇ ਸਨ। ਪਾਲ ਵੰਸ਼ ਦੇ ਰਾਜਿਆਂ ਦੇ ਨਾਲ ਗੋਪੀ ਚੰਦ ਦਾ ਸੰਬੰਧ ਦੱਸਿਆ ਜਾਂਦਾ ਆ। ਡਾਕਟਰ ਮੋਹਨ ਸਿੰਘ ਦੀਵਾਨਾ ਦੇ ਆਪਣੀ ਕਿਤਾਬ ਪੰਜਾਬੀ ਅਦਬ ਦੀ ਮੁਖਤਸਰ ਤਵਾਰੀਖ ਦੇ ਵਿੱਚ ਲਿਖਿਆ ਆ ਕਿ ਗੋਪੀ ਚੰਦ ਦੀ ਰਚਨਾ ਜਿਹੜੀ ਆ ਉਦਾਸ ਗੋਪੀ ਚੰਦ ਦਾ ਜ਼ਿਕਰ ਆਉਂਦਾ ਆ। ਉਦਾਸ ਗੋਪੀ ਚੰਦ ਇੱਕ ਰਚਨਾ ਆ ਉਹਨਾਂ ਦੀ, ਜਿਹਦਾ ਜ਼ਿਕਰ ਡਾਕਟਰ ਮੋਹਨ ਸਿੰਘ ਦੀਵਾਨਾ ਪੰਜਾਬੀ ਅਦਬ ਦੀ ਮੁਖਤਸਰ ਤਵਾਰੀਖ ਦੇ ਵਿੱਚ ਕਰਦੇ ਹਨ। ਠੀਕ ਹੈ ਜੀ, ਇਹ ਇੰਪੋਰਟੈਂਟ ਮੈਟਰ ਸੀ, ਗੱਲਾਂ ਸੀਗੀਆਂ ਗੋਪੀ ਚੰਦ ਬਾਰੇ। ਹੁਣ ਅਸੀਂ ਅਗਲਾ ਨੁਕਤਾ ਪੜ੍ਹਨਾ ਆ, ਅਗਲਾ ਨਾਥ ਪੜ੍ਹਨਾ ਆ, ਭਰਥਰੀ ਨਾਥ। ਵੈਰੀ ਇੰਪੋਰਟੈਂਟ, ਬਹੁਤ ਗੱਲਾਂ ਇਹਨਾਂ ਬਾਰੇ ਸੰਖੇਪ ਦੇ ਵਿੱਚ ਕਰਾਂਗੇ ਪਰ ਜ਼ਰੂਰੀ। ਭਰਥਰੀ ਨਾਥ ਬਾਰੇ ਇਹ ਮੰਨਿਆ ਜਾਂਦਾ ਕਿ ਇਹਨਾਂ ਦਾ ਸਮਾਂ 1100 ਈਸਵੀ ਤੋਂ ਲੈ ਕੇ 1200 ਈਸਵੀ ਦੇ ਦਰਮਿਆਨ ਹੋਇਆ। ਦੂਜੀ ਗੱਲ, ਗੋਰਖਨਾਥ ਦੀ ਬੈਰਾਗ ਪੰਥ ਦੀ ਸ਼ਾਖਾ ਦਾ ਮੋਢੀ ਵੀ ਭਰਥਰੀ ਨਾਥ ਸੀਗਾ। ਗੋਰਖਨਾਥ ਦੀ ਬੈਰਾਗ ਪੰਥ ਦੀ ਸ਼ਾਖਾ ਦਾ ਮੋਢੀ ਭਰਥਰੀ ਨਾਥ ਸੀਗਾ। ਅਗਲੀ ਗੱਲ, ਵਿਦਵਾਨਾਂ ਅਨੁਸਾਰ ਭਰਥਰੀ ਨਾਥ ਦਾ ਨਿਵਾਸ ਪੰਜਾਬ ਦੇ ਸਿੰਗਲ ਜਾਂ ਸਕਲ ਦੇਸ਼ 'ਚ ਰਿਹਾ ਆ। ਠੀਕ ਹੈ ਜੀ, ਸਿੰਗਲ ਜਾਂ ਸਕਲ ਦੇਸ਼ ਦੇ ਵਿੱਚ ਭਰਥਰੀ ਨਾਥ ਦਾ ਨਿਵਾਸ ਜਿਹੜਾ ਰਿਹਾ ਆ, ਮਤਲਬ ਉਹ ਉੱਥੇ ਰਹਿੰਦੇ ਰਹੇ ਨੇ। ਕਈਆਂ ਅਨੁਸਾਰ ਭਰਥਰੀ ਨਾਥ ਆਪਣੀ ਘਰਵਾਲੀ ਦੀ ਬੇਵਫਾਈ ਕਾਰਨ ਜੋਗੀ ਬਣਦਾ ਆ। ਕਈ ਵਿਦਵਾਨ ਇਹ ਵੀ ਕਹਿੰਦੇ ਆ ਕਿ ਉਹ ਆਪਣੀ ਪਤਨੀ ਤੋਂ ਬੇਵਫਾਈ ਨੂੰ ਦੇਖ ਕੇ ਜੋਗ ਧਾਰਨ ਕਰ ਲੈਂਦਾ ਆ। ਅਤੇ ਗੋਪੀ ਚੰਦ ਦੀ ਮਾਤਾ ਜਿਹੜੀ ਸੀਗੀ ਮੈਣਾਵੰਤੀ, ਜਿਹਦਾ ਆਪਾਂ ਪਹਿਲਾਂ ਜ਼ਿਕਰ ਕਰਕੇ ਹਟੇ ਹਾਂ, ਗੋਪੀ ਚੰਦ ਦੀ ਮਾਤਾ ਮੈਣਾਵੰਤੀ ਜਿਹੜੀ ਸੀਗੀ ਉਹ ਭਰਥਰੀ ਨਾਥ ਦੀ ਭੈਣ ਸੀ। ਠੀਕ ਹੈ ਜੀ, ਅਤੇ ਭਰਥਰੀ ਨਾਥ ਦੀ ਇਹ ਹਾਲਤ ਵੇਖ ਕੇ ਮੈਣਾਵੰਤੀ ਨੇ ਆਪਣੇ ਪੁੱਤਰ ਗੋਪੀ ਨਾਥ ਨੂੰ, ਗੋਪੀ ਚੰਦ ਨੂੰ ਜੋਗ ਧਾਰਨ ਕਰਨ ਦੇ ਲਈ ਪ੍ਰੇਰਿਤ ਕੀਤਾ ਸੀਗਾ। ਹੁਣ ਗੱਲ ਕਲੀਅਰ ਹੋ ਗਈ, ਅੱਗੇ ਤੁਰਦੇ ਹਾਂ। ਜਿਹੜਾ ਭਰਥਰੀ ਨਾਥ ਆ ਇਹਦੀ ਇੱਕ ਸ਼ਬਦੀ ਮਿਲਣ ਦੀ ਸੂਹ ਹੈਗੀ ਆ, ਸੂਹ ਮਿਲਦੀ ਆ ਕਿ ਉਹਨਾਂ ਦੀ ਇੱਕ ਸ਼ਬਦੀ ਸੀਗੀ, ਇੱਕ ਸ਼ਬਦ ਸੀਗਾ ਜਾਣੀ ਕਿ। ਭਰਥਰੀ ਨਾਥ ਅਤੇ ਗੋਪੀ ਚੰਦ ਦੇ ਕਿੱਸੇ ਪੰਜਾਬੀ ਸਾਹਿਤ ਦੀ ਜਿੰਦ ਜਾਨ ਸਮਝੇ ਜਾਂਦੇ ਆ। ਇਹਨਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਪੰਜਾਬੀ ਦੇ ਲੋਕ ਸਾਹਿਤ ਦੇ ਵਿੱਚ ਆਮ ਤੌਰ 'ਤੇ ਆਪਾਂ ਪੜ੍ਹਦੇ ਸੁਣਦੇ ਆਏ ਹਾਂ। ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਜਿਹੜੇ ਸੀਗੇ ਨਾਥ ਜੋਗੀ ਸੀਗੇ, ਜਿਨ੍ਹਾਂ ਦਾ ਜ਼ਿਕਰ ਕਰਨਾ ਇੱਥੇ ਬਣਦਾ ਸੀਗਾ। ਮੈਂ ਥੋੜ੍ਹਾ ਜਿਹਾ ਤੁਹਾਨੂੰ ਉਲਟ ਬਾਂਸੀ ਦਾ ਅਰਥ ਦੱਸਣਾ ਚਾਹੁੰਦਾ ਹਾਂ
ਇਸ ਸਿਧਾਂਤ ਨਾਲ ਜੋੜਨਾ ਚਾਹੁੰਦਾ ਹਾਂ, ਕਿਉਂਕਿ ਜਦੋਂ ਆਦਿ ਕਾਲ ਦੇ ਯੋਗੀ ਨਾਥ ਯੋਗੀਆਂ ਦੇ ਸਾਹਿਤ ਨੂੰ ਮੁੜ ਸੁਰਜੀਤ ਚਰਪਟਨਾਥ ਗੁਰੂ ਗੋਰਖਨਾਥ ਨੇ ਕੀਤਾ, ਇਹਨਾਂ ਵਿੱਚ ਜਾਨ ਪਾਈ ਤਾਂ ਉਹਨਾਂ ਨੇ ਆਪਣੀ ਗੱਲ ਨੂੰ ਵਿਅੰਗ ਦੇ ਰੂਪ ਵਿੱਚ ਕਹਿਣ ਦੀ ਜ਼ੁਰਤ ਦਿਖਾਈ। ਉਹ ਇਸ ਕਾਵਿ ਉਕਤੀ ਅਨੁਸਾਰ ਸਧਾਰਨ ਗੱਲ ਨੂੰ ਉਲਟ ਢੰਗ ਨਾਲ ਕਹਿਣ ਦਾ ਢੰਗ ਜਿਹੜਾ ਲੱਭਦੇ ਸੀ, ਉਹ ਆਪਣੀ ਗੱਲ ਨੂੰ ਟੇਢੇ ਪਾਸਿਓਂ ਕਹਿੰਦੇ ਸੀ, ਵਿਅੰਗ ਦੇ ਪਾਸਿਓਂ ਕਹਿੰਦੇ ਸੀ, ਉਲਟ ਬਾਂਸੀ ਕਹਿੰਦੇ ਸੀ। ਅਤੇ ਇਹਦੇ ਵਿੱਚ ਕੀ ਹੁੰਦਾ ਸੀਗਾ ਕਿ ਉਹ ਵਿਰੋਧਾਭਾਸ ਅਲੰਕਾਰ ਨੂੰ ਸ਼ਾਮਿਲ ਕਰ ਲੈਂਦੇ ਸੀਗੇ। ਅਤੇ ਇਸ ਤਰ੍ਹਾਂ ਜਿਹੜੀ ਉਲਟ ਬਾਂਸੀ ਆ, ਇਹਦਾ ਮਤਲਬ ਆ ਕਿ ਆਪਣੀ ਗੱਲ ਨੂੰ ਟੇਢੇ ਢੰਗ ਨਾਲ ਕਹਿਣਾ। ਇਸ ਦਾ ਸੰਬੰਧ ਨਾਥ ਯੋਗੀਆਂ ਨਾਲ ਜੁੜਦਾ ਹੈ, ਕਿਉਂਕਿ ਯੋਗੀ ਸੰਸਾਰ ਤੋਂ ਉਲਟ ਚੱਲਣ ਦਾ ਮਾਰਗ ਦੱਸਦੇ ਸਨ। ਇਸੇ ਕਾਵਕ ਪ੍ਰਗਟਾਅ ਵਿੱਚ ਕਵਿਤਾ ਵਿੱਚ ਉਲਟੇ ਢੰਗ ਦਾ ਵਖਿਆਣ ਕਰਨ ਦੀ ਵਿਧਾ ਨੂੰ ਉਲਟ ਬਾਂਸੀ ਸਿਧਾਂਤ ਕਿਹਾ ਜਾਂਦਾ ਹੈ। ਠੀਕ ਹੈ ਜੀ, ਹੁਣ ਮੈਨੂੰ ਲੱਗਦਾ ਕਿ ਤੁਸੀਂ ਇਹ ਉਲਟ ਬਾਂਸੀ ਦਾ ਸਿਧਾਂਤ ਸਮਝ ਗਏ ਹੋਵੋਗੇ। ਹੁਣ ਆਪਾਂ ਥੋੜ੍ਹਾ ਜਿਹਾ ਦੋ ਚਾਰ ਗੱਲਾਂ ਹੋਰ ਮੇਨ ਮੇਨ ਕਰਨੀਆਂ ਆ ਕਿ ਨਾਥ ਯੋਗੀਆਂ ਦੀਆਂ ਰਚਨਾਵਾਂ ਵਿੱਚ ਇੱਕ ਪਰਮਾਤਮਾ ਨੂੰ ਧਿਆਉਣ ਦਾ ਜ਼ਿਕਰ ਆਉਂਦਾ ਆ, ਇੱਕ ਪਰਮਾਤਮਾ ਨੂੰ ਸੰਬੋਧਿਤ ਹੋਈਆਂ ਸਾਨੂੰ ਜਾਪਦੀਆਂ ਨੇ। ਦੂਜੀ ਗੱਲ ਕਿ ਨਾਥ ਯੋਗੀ ਆਸਣ, ਪ੍ਰਾਣਾਯਾਮ ਅਤੇ ਧਿਆਨ ਧਾਰਨ ਆਦਿ ਵੱਲ ਵਿਸ਼ੇਸ਼ ਰੁਚੀ ਰੱਖਦੇ ਸੀ, ਉਹ ਉਹਨਾਂ ਦੀ ਮੇਨ ਜਿਹੜੀ ਧਾਰਨਾ ਸੀਗੀ। ਸਾਧਨਾਵਾਂ ਕਰਦੇ ਸੀ, ਸਾਧਨਾਵਾਂ ਰਾਹੀਂ ਉਹ ਮਨ ਨੂੰ ਇਕਾਗਰ ਕਰਨ ਦੀ ਅਵਸਥਾ ਦਾ ਜਿਹੜਾ ਯਤਨ ਉਹ ਕਰਦੇ ਰਹਿੰਦੇ ਸੀਗੇ। ਅਗਲੀ ਗੱਲ ਕਿ ਯੋਗੀਆਂ ਦੀ ਕਵਿਤਾ ਵਿੱਚ ਉਪਦੇਸ਼ਾਤਮਕ ਰੰਗਣ ਆ, ਉਹ ਉਪਦੇਸ਼ ਦਿੰਦੇ ਆ ਦੂਜੇ ਨੂੰ। ਯੋਗੀਆਂ ਦੀਆਂ ਕਵਿਤਾਵਾਂ ਦੇ ਵਿੱਚ ਸਾਨੂੰ ਉਪਦੇਸ਼ਾਤਮਕ ਰੰਗਣ ਜਿਹੜੀ ਉਹ ਮਿਲਦੀ ਆ। ਅਗਲੀ ਗੱਲ ਕਿ ਨਾਥ ਯੋਗੀਆਂ ਦੇ ਸਾਹਿਤ ਨੂੰ ਪੰਜਾਬੀ ਦਾ ਪਹਿਲਾ ਜਾਂ ਆਦਿ ਸਾਹਿਤ ਜਾਂ ਆਦਿ ਕਾਲ ਦਾ ਸਾਹਿਤ ਮੰਨਿਆ ਜਾਂਦਾ ਆ। ਬਹੁਤ ਇੰਪੋਰਟੈਂਟ ਆ, ਵੈਰੀ ਵੈਰੀ ਇੰਪੋਰਟੈਂਟ। ਠੀਕ ਹੈ ਜੀ, ਅਤੇ ਅੰਤ ਵਿੱਚ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਜਿਹੜਾ ਮਛਿੰਦਰ ਨਾਥ ਸੀਗਾ ਉਹਨੂੰ ਨਾਥ ਸੰਪਰਦਾਇ ਦਾ ਮੋਢੀ ਮੰਨਿਆ ਜਾਂਦਾ ਆ। ਮਛਿੰਦਰ ਨਾਥ ਨੂੰ ਹੀ ਆਦਿ ਨਾਥ ਜਾਂ ਭਗਵਾਨ ਸ਼ਿਵ ਦਾ ਰੂਪ ਮੰਨਿਆ ਜਾਂਦਾ ਆ। ਠੀਕ ਹੈ ਜੀ, ਅਤੇ ਮਛਿੰਦਰ ਨਾਥ ਨੂੰ ਹੀ ਆਦਿ ਨਾਥ ਦਾ ਅੰਸ਼ ਅਵਤਾਰ ਵੀ ਕਿਹਾ ਜਾਂਦਾ ਆ। ਆਦਿ ਨਾਥ ਦਾ ਅੰਸ਼ ਅਵਤਾਰ ਮਛਿੰਦਰ ਨਾਥ ਨੂੰ ਕਿਹਾ ਜਾਂਦਾ ਆ। ਮਛਿੰਦਰ ਨਾਥ ਦੇ ਕੁਝ ਹੋਰ ਵੀ ਨਾਮ ਨੇ, ਜਿਵੇਂ ਮਛਿੰਦਰ, ਮਛਿੰਦਰ ਮੀਨਪਾਦ, ਮਤ ਸਯਿੰਦਰ ਨਾਥ ਆਦਿ ਕਰਕੇ, ਆਦਿ ਆਦਿ ਜਿਹੜੇ ਨਾਮ ਨੇ, ਇਹਨਾਂ ਨਾਵਾਂ ਦੇ ਨਾਲ ਹੀ ਮਛਿੰਦਰ ਨਾਥ ਨੂੰ ਯਾਦ ਕੀਤਾ ਜਾਂਦਾ ਆ। ਹੁਣ ਆਚਾਰੀਆ ਹਜ਼ਾਰੀ ਪ੍ਰਸ਼ਾਦ ਤ੍ਰਿਵੇਦੀ ਜੀ ਆਪਣੇ ਕਥਨ ਵਿੱਚ ਕਹਿੰਦੇ ਆ ਕਿ ਮਛਿੰਦਰ ਨਾਥ ਚੰਦਰਗਿਰੀ ਨਾਮੀ ਥਾਂ 'ਤੇ ਪੈਦਾ ਹੋਏ। ਮਛਿੰਦਰ ਨਾਥ ਜਿਹੜੇ ਨੇ ਉਹ ਚੰਦਰਗਿਰੀ ਨਾਮੀ ਥਾਂ 'ਤੇ ਪੈਦਾ ਹੋਏ ਸੀਗੇ। ਵੈਰੀ ਇੰਪੋਰਟੈਂਟ, ਮੈਂ ਤਾਂ ਕਰਕੇ ਮਛਿੰਦਰ ਨਾਥ ਬਾਰੇ ਗੱਲ ਦੁਬਾਰਾ ਕੀਤੀ ਆ ਤਾਂ ਕਿ ਆਪਾਂ ਆਪਣੇ ਮੂਲ ਨਾਲ ਜੁੜ ਸਕੀਏ, ਤਾਂ ਕਿ ਆਪਾਂ ਪੰਜਾਬੀ ਸਾਹਿਤ ਦੇ ਸ਼ੁਰੂਆਤ ਨਾਲ ਜੁੜ ਸਕੀਏ। ਹੁਣ ਆਪਾਂ ਪਹਿਲੇ ਲੈਕਚਰ ਵਿੱਚ ਗੱਲ ਕੀਤੀ ਸੀ ਕਿ ਜਲੰਧਰ ਨਾਥ ਜਿਹੜੇ ਆ ਉਹ ਆਦਿ ਨਾਥ ਨੇ, ਤਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਲੰਧਰ ਨਾਥ ਅਤੇ ਮਛਿੰਦਰ ਨਾਥ ਦੋਵੇਂ ਸਮਕਾਲੀ ਸੀਗੇ ਅਤੇ ਦੋਨੇ ਹੀ ਗੁਰੂ ਭਾਈ ਸੀਗੇ, ਮਤਲਬ ਇੱਕੋ ਗੁਰੂ ਦੇ ਦੋਨੇ ਚੇਲੇ ਸੀਗੇ, ਇੱਕੋ ਸਮੇਂ ਹੋਏ ਆ, ਇਸ ਕਰਕੇ ਇਹ ਦੋਨੇ ਹੀ ਪੰਜਾਬੀ ਸਾਹਿਤ ਦੇ ਆਦਿ ਨਾਥ ਮੰਨੇ ਜਾਂਦੇ ਆ। ਮਛਿੰਦਰ ਨਾਥ ਨੂੰ ਤਾਂ ਨਾਥ ਸੰਪਰਦਾਇ ਦਾ ਮੋਢੀ ਮੰਨਿਆ ਜਾਂਦਾ ਆ ਅਤੇ ਇਹਨੂੰ ਸ਼ਿਵ ਭਗਵਾਨ ਦਾ ਜਿਹੜਾ ਰੂਪ ਮੰਨਿਆ ਜਾਂਦਾ, ਅਵਤਾਰ ਮੰਨਿਆ ਜਾਂਦਾ ਆ। ਆਦਿ ਨਾਥ ਦਾ ਅੰਸ਼ ਅਵਤਾਰ ਵੀ ਮਛਿੰਦਰ ਨਾਥ ਨੂੰ ਕਿਹਾ ਜਾਂਦਾ ਆ। ਇਸ ਕਰਕੇ ਜਲੰਧਰ ਨਾਥ ਦੇ ਚੇਲੇ ਇੱਕ ਮੰਨੇ ਜਾਂਦੇ, ਬੜੇ ਮਸ਼ਹੂਰ ਹੋਏ ਨੇ, ਕ੍ਰਿਸ਼ਨਾ ਪਾਦ ਨਾਥ। ਕ੍ਰਿਸ਼ਨ ਪਾਦ ਨਾਥ ਜਿਹੜੇ ਨੇ ਉਹ ਜਲੰਧਰ ਨਾਥ ਦੇ ਚੇਲੇ ਸੀਗੇ। ਪੰਡਿਤ ਹਰ ਪ੍ਰਸ਼ਾਦ ਸ਼ਾਸਤਰੀ ਕਹਿੰਦੇ ਆ ਉਹਨਾਂ ਨੇ 57 ਗ੍ਰੰਥ ਰਚੇ ਸੀਗੇ। ਜਲੰਧਰ ਨਾਥ ਦੇ ਚੇਲੇ ਕ੍ਰਿਸ਼ਨ ਪਾਦ ਨਾਥ ਨੇ 57 ਗ੍ਰੰਥਾਂ ਦੀ ਰਚਨਾ ਕੀਤੀ ਸੀ। ਕੌਣ ਕਹਿੰਦੇ ਆ ਇੱਦਾਂ? ਪੰਡਿਤ ਹਰ ਪ੍ਰਸ਼ਾਦ ਸ਼ਾਸਤਰੀ ਜੀ। ਠੀਕ ਹੈ ਜੀ, ਇਹ ਗੱਲਾਂ ਤੁਸੀਂ, ਮੈਨੂੰ ਉਮੀਦ ਆ ਕਿ ਤੁਸੀਂ ਨੋਟ ਕਰ ਲਈਆਂ ਹੋਣਗੀਆਂ, ਵੈਰੀ 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 ਇੰਪੋਰਟੈਂਟ ਸੀਗੀਆਂ, ਇਹਨਾਂ ਤੋਂ ਬਿਨਾਂ ਆਪਣਾ ਸਰਨਾ ਨਹੀਂ, ਕਿਉਂਕਿ ਅਸੀਂ ਆਦਿ ਕਾਲ ਦੇ ਸਾਹਿਤ ਬਾਰੇ ਗੱਲ ਕਰ ਰਹੇ ਹਾਂ, ਪੰਜਾਬੀ ਦੇ ਆਦਿ ਕਾਲ ਨੂੰ ਆਪਾਂ ਘੋਖ ਰਹੇ ਸੀਗੇ। ਮੈਂ ਜਿੰਨਾ ਇੰਪੋਰਟੈਂਟ ਸੀਗਾ ਉਹ ਸਾਰਾ ਕੁਛ ਤੁਹਾਨੂੰ ਦੱਸ ਦਿੱਤਾ। ਪੰਜਾਬੀ ਦਾ ਆਦਿ ਨਾਥ ਮਛਿੰਦਰ ਨਾਥ ਨੂੰ, ਜਲੰਧਰ ਨਾਥ ਨੂੰ ਕਿਹਾ ਜਾਂਦਾ, ਪਰ ਗੋਰਖਨਾਥ ਅਤੇ ਚਰਪਨਾਥ ਦੀ ਬਾਣੀ ਜ਼ਿਆਦਾ ਮਿਲਦੀ ਆ।
ਉਹ ਪੰਜਾਬੀ ਲਹਿਜ਼ੇ ਦੇ ਜ਼ਿਆਦਾ ਨੇੜੇ ਆ, ਇਸ ਕਰਕੇ ਗੋਰਖਨਾਥ ਨੂੰ ਪੰਜਾਬੀ ਦਾ ਪਹਿਲਾ ਕਵੀ ਆਮ ਤੌਰ 'ਤੇ ਜਾਣਿਆ ਜਾਣ ਲੱਗ ਪਿਆ। ਗੋਰਖ ਨਾਥ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਕਵੀ ਜਾਣਿਆ ਜਾਣ ਲੱਗ ਪਿਆ। ਜੇ ਨਾਥ ਜੋਗੀਆਂ ਦੇ ਸਾਹਿਤ ਦੀ ਗੱਲ ਕਰੀਏ, ਉਹਦੇ ਵਿੱਚ ਪੰਜਾਬੀ ਦੇ ਅੰਸ਼ ਮਿਲਦੇ ਆ ਮਛਿੰਦਰ ਨਾਥ ਦੀ ਬਾਣੀ ਦੇ ਵਿੱਚ, ਪਰ ਉਹਦਾ ਬਹੁਤਾ ਸੰਬੰਧ ਰਾਜਸਥਾਨ ਨਾਲ ਸੀ। ਠੀਕ ਹੈ ਜੀ, ਰਾਜਸਥਾਨੀ ਬੋਲੀ ਦੇ ਜ਼ਿਕਰ ਬਹੁਤਾ ਆਉਂਦਾ ਆ, ਆਦਿਨਾਥ ਉਹੀ ਰਹੂਗਾ ਅਤੇ ਜਲੰਧਰ ਨਾਥ ਰਹੂਗਾ, ਪਰ ਪੰਜਾਬੀ ਸਾਹਿਤ ਦੀ ਸ਼ੁਰੂਆਤ ਆਮ ਤੌਰ 'ਤੇ 8ਵੀਂ 9ਵੀਂ ਸਦੀ ਦੇ ਵਿੱਚ ਗੋਰਖਨਾਥ ਤੋਂ ਕੀਤੀ ਮੰਨੀ ਜਾਂਦੀ ਆ। ਠੀਕ ਹੈ ਜੀ, ਗੋਰਖਨਾਥ ਦਾ ਬੜਾ ਵੱਡਾ ਸਥਾਨ ਆ, ਉਹਦੇ ਬਾਰੇ ਆਪਾਂ ਗੱਲ ਪਹਿਲਾਂ ਕਰ ਚੁੱਕੇ ਹਾਂ, ਚਰਪਟਨਾਥ ਦੀ ਗੱਲ ਕਰ ਚੁੱਕੇ ਹਾਂ, ਬਹੁਤ ਵੱਡਾ ਸਥਾਨ ਆ। ਉਹ ਬਾਹਰੀ ਭੇਖਾਂ ਨੂੰ ਦਿਖਾਵਿਆਂ ਨੂੰ ਨਿੰਦਦੇ ਸੀਗੇ ਅਤੇ ਆਤਮ ਨੂੰ ਆਪਣੀ ਸਵੈ ਨੂੰ ਉਨਮਨ ਦੀ ਅਵਸਥਾ ਵਿੱਚ ਲਿਜਾਣ ਦੀ ਗੱਲ ਕਰਦੇ ਸੀਗੇ। ਪਿਆਰੇ ਦੋਸਤੋ, ਅੱਜ ਆਪਾਂ ਯੋਗ ਮਤ ਦੀ ਉਤਪਤੀ ਦੇ ਆਧਾਰ ਜਿਹੜੇ ਆ ਉਹਨਾਂ ਬਾਰੇ ਗੱਲ ਕੀਤੀ ਵਿਦਵਾਨਾਂ ਦੇ ਹਵਾਲਿਆਂ ਦੇ ਨਾਲ। ਯੋਗੀਆਂ ਦੀ ਰਹਿਣੀ ਬਹਿਣੀ ਬਾਰੇ ਵੀ ਆਪਾਂ ਅੱਜ ਗੱਲ ਕਰ ਲਈ, ਉਲਟਬੰਸੀ ਬਾਰੇ ਵੀ ਗੱਲ ਕਰ ਲਈ, ਗੋਰਖਨਾਥ ਬਾਰੇ, ਚਰਪਟਨਾਥ ਬਾਰੇ, ਜਲੰਧਰ ਨਾਥ ਬਾਰੇ, ਚੁਰੰਗੀ ਨਾਥ ਬਾਰੇ, ਰਤਨ ਨਾਥ ਬਾਰੇ, ਭਰਥਰੀ ਨਾਥ ਬਾਰੇ, ਗੋਪੀ ਚੰਦ ਬਾਰੇ ਆਦਿ ਆਦਿ ਜਿੰਨੇ ਵੀ ਇਹ ਯੋਗੀ ਹੋਏ ਆ, ਜਿੰਨੀਆਂ ਵੀ ਇਹਨਾਂ ਦੀਆਂ ਰਚਨਾਵਾਂ ਮਿਲਦੀਆਂ ਨੇ, ਆਪਾਂ ਸਾਰਿਆਂ ਨੂੰ ਵਿਸਥਾਰ ਦੇ ਵਿੱਚ ਵਿਚਾਰ ਲਿਆ, ਚਰਚਾ ਕਰ ਲਈ ਆ। ਮੈਨੂੰ ਉਮੀਦ ਆ ਕਿ ਤੁਸੀਂ ਬਹੁਤ ਕੁਝ ਨਵਾਂ ਸਿੱਖਿਆ ਹੋਊਗਾ। ਬਹੁਤ ਸਾਰੀਆਂ ਕਿਤਾਬਾਂ ਦਾ ਅਧਿਐਨ ਕਰਕੇ ਮੈਂ ਇਹ ਲੈਕਚਰ ਤਿਆਰ ਕਰਦਾ ਹਾਂ। ਤੁਹਾਨੂੰ ਇਹ ਲੈਕਚਰ ਜਿੱਥੇ ਮੁਬਾਰਕ ਆ, ਉੱਥੇ ਹੀ ਮੇਰੀ ਉਮੀਦ ਨੂੰ ਉਦੋਂ ਮੁੱਲ ਜਾਂ ਫਲ ਲੱਗੂਗਾ ਜਦੋਂ ਤੁਸੀਂ ਇਹਨਾਂ ਨੂੰ ਸੁਣ ਕੇ ਆਪਣੇ ਗਿਆਨ ਨੂੰ ਵਧਾਓਗੇ, ਆਪਣੇ ਸਾਥੀਆਂ ਤੱਕ ਵੀ ਇਹਨੂੰ ਪਹੁੰਚਦਾ ਕਰੋਗੇ। ਚੜ੍ਹਦੀ ਕਲਾ ਵਿੱਚ ਰਹੋ, ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।